ਜਸ ਪੰਜਾਬੀ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਅੱਜ ਦਾ ਮੁੱਦਾ, ਅਤੇ ਮੈਂ ਤੁਹਾਡੀ ਹੋਸਟ ਆਸ਼ਮਿਤਾ। ਇਸ ਪ੍ਰੋਗਰਾਮ 'ਤੇ, ਇਸ ਚੈਨਲ 'ਤੇ ਸਾਡੀ ਹਮੇਸ਼ਾ ਇਹੀ ਮਿਸ਼ਨ ਰਿਹਾ ਕਿ ਜਿੱਥੇ ਵੀ ਪੰਜਾਬੀਅਤ ਅਤੇ ਪੰਜਾਬੀ ਵੱਸਦੇ ਹਨ ਉੱਥੇ ਸਾਡੇ ਕੈਮਰੇ ਪਹੁੰਚਣ ਅਤੇ ਓਨ ਕਮਿਊਨਿਟੀਜ਼ ਨਾਲ ਗੱਲ ਹੋਏ, ਜਿੱਥੇ ਸਾਡੀ ਪੂਰੀ ਕਮਿਊਨਿਟੀ ਐਸਟੈਬਲਿਸ਼ਡ ਹੈ, ਸਕਸੈਸਫੁਲ ਹੈਗੀ ਅਤੇ ਕਿੰਨੀ ਵਧੀਆ ਖੁਸ਼ੀ ਨਾਲ ਰਹਿ ਰਹੇ ਹਨ। ਅਤੇ ਅੱਜ ਆਪਾਂ ਪਹੁੰਚੇ ਹਾਂ ਸੈਂਟਾ ਰੋਜ਼ਾ, ਕੈਲੀਫੋਰਨੀਆ। ਇਹ ਸਾਡੀ ਪਹਿਲੀ ਵਿਜ਼ਿਟ ਹੈ ਇੱਥੇ, ਸੋ ਵੇਅਰ ਵੈਰੀ ਐਕਸਾਈਟਿਡ ਟੂ ਬੀ ਹੇਅਰ, ਐਂਡ ਆਈ ਵਾਂਟ ਟੂ ਇੰਟਰੋਡਿਊਸ ਦੀ ਇੰਟਾਇਰ ਆਡੀਅੰਸ ਟੂਡੇ ਟੂ ਦ ਵੰਡਰਫੁਲ ਵੰਡਰਫੁਲ ਕਮਿਊਨਿਟੀ ਆਫ ਸੈਂਟਾ ਰੋਜ਼ਾ। ਸਭ ਤੋਂ ਪਹਿਲੇ ਤਾਂ ਮੈਨੂੰ ਤੁਸੀਂ ਜੁਆਇਨ ਕਰੋ ਇਨ ਵੈਲਕਮਿੰਗ ਆਰ ਗ੍ਰੇਸ਼ੀਅਸ ਹੋਸਟ ਡਾਕਟਰ ਸੰਦੀਪ ਸ਼ਰਮਾ ਅਤੇ ਉਹਨਾਂ ਦੀ ਮਿਸਿਸ ਸੀਮਾ ਸ਼ਰਮਾ ਜੀ। ਥੈਂਕ ਯੂ ਸੋ ਮਚ ਫੋਰ ਹੈਵਿੰਗ ਅਸ। ਥੈਂਕ ਯੂ ਫੋਰ ਕਮਿੰਗ। ਆਫਕੋਰਸ। ਸੋ ਸਭ ਤੋਂ ਪਹਿਲੇ ਡਾਕਟਰ ਸ਼ਰਮਾ, ਸੀਮਾ ਜੀ, ਸਾਨੂੰ ਇਹ ਦੱਸੋ ਕਿ ਤੁਹਾਡੀ ਇਸ ਕਮਿਊਨਿਟੀ ਵਿੱਚ ਕਿੰਨੇ ਪੁਰਾਣੇ ਤੁਸੀਂ ਸੈਟਲ ਹੋਏ ਹੋ, ਕਿੱਥੇ ਤੁਹਾਡਾ ਪਿਛੋਕਰ ਪੈਂਦਾ ਹੈ, ਐਂਡ ਵਾਈ ਸੈਂਟਾ ਰੋਜ਼ਾ? ਮੇਰਾ ਪਿੱਛੋਂ, ਮੈਂ ਅੰਮ੍ਰਿਤਸਰ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ ਜੀ। ਮੇਰਾ ਪਿੰਡ ਹੈਗਾ ਮੋਹਨ ਭੰਡਾਰੀਆਂ, ਇਹ ਰਿਮੋਟ ਏਰੀਆ ਆ ਬਾਰਡਰ ਦੇ ਨਾਲ ਬਿਲਕੁਲ। ਅਤੇ 2001 'ਚ ਮੈਂ ਇੱਥੇ ਮੂਵ ਹੋਇਆ। ਫਿਰ ਮੈਂ ਸਦਰਨ ਕੈਲੀਫੋਰਨੀਆ 'ਚ ਰਿਹਾ 4-5 ਸਾਲ, ਫਿਰ ਉਸ ਤੋਂ ਬਾਅਦ ਮੈਂ ਇੱਥੇ ਮੂਵ ਹੋ ਗਿਆ 10-11 ਸਾਲ ਪਹਿਲਾਂ। ਇਹ ਕਮਿਊਨਿਟੀ ਬਹੁਤ ਅੱਛੀ ਕਮਿਊਨਿਟੀ ਹੈ ਜੀ। ਮੈਂ ਜਿੱਥੇ ਵੀ ਰਿਹਾ ਹਾਂ, ਮੈਨੂੰ ਜਿਹੜੀ ਏਕਤਾ ਇਸ ਜਗ੍ਹਾ ਲੱਗੀ ਆ, ਮੈਨੂੰ ਕਿਤੇ ਨਹੀਂ ਲੱਗੀ। ਸੋ ਇੱਕ ਇੱਥੇ ਇਨਵਾਇਰਮੈਂਟ ਵੀ ਅੱਛਾ ਹੈ ਅਤੇ ਵੀ ਲਾਈਕ ਇਟ, ਸੋ ਵੀ ਡਿਸਾਈਡਡ ਟੂ ਬੀ ਸੈਟਲ ਹੇਅਰ। ਸੀਮਾ ਜੀ, ਸ਼ੋਅ ਸ਼ੁਰੂ ਹੋਣ ਤੋਂ ਪਹਿਲੇ ਸਾਡੀ ਗੱਲ ਚੱਲ ਰਹੀ ਸੀ, ਤੁਹਾਡੀ ਇੰਨੀ ਵਧੀਆ ਪੰਜਾਬੀ ਹੈ, ਸਾਡੀ ਆਡੀਅੰਸ ਨੂੰ ਦੱਸੋ ਕਿ ਤੁਹਾਡਾ ਪਿਛੋਕੜ ਕਿੱਥੋਂ ਪੈਂਦਾ? ਸੋ ਮੇਰੀ ਫੈਮਿਲੀ, ਮੇਰੇ ਗ੍ਰੇਟ ਗ੍ਰੈਂਡਫਾਦਰ ਇੱਥੇ ਆਏ ਸੀਗੇ 1910 'ਚ, ਯੂਨੀਵਰਸਿਟੀ ਪਹਿਲਾਂ, ਐਂਡ ਆਈ ਥਿੰਕ ਉਹ ਵਾਪਸ ਗਏ ਆ, ਐਂਡ ਦੈਨ ਮੇਰੇ ਡੈਡੀ ਹੁਣੀ ਵਾਪਸ ਆਏ ਆ 1960 ਦੇ ਵਿੱਚ। ਸੋ ਅਸੀਂ ਬੋਰਨ ਐਂਡ ਰੇਜ਼ਡ ਇੱਥੇ ਹਾਂ in California. Meri family picho Jalandhar diya. Achha ji. Of course everybody, a lot of Doaba people are here. And we're from there also. Meri California ch roughly mere daddy the 9 brothers and sisters a. Wow. Sare California cha mere mother honi 5 a sare itthe a. Achha ji. So sadi roughly family alone is 200 to 300 people. ਕੈਲੀਫੋਰਨੀਆ ਦੇ ਵਿੱਚ। ਅਤੇ ਜਦੋਂ ਫੈਮਿਲੀ ਦੀ ਗੱਲ ਆਉਂਦੀ, ਕਮਿਊਨਿਟੀ ਦੀ ਗੱਲ ਆਉਂਦੀ ਹੈ, ਮੈਂ ਆਡੀਅੰਸ ਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਸਾਡੇ ਨਾਲ ਅੱਜ ਬਹੁਤ ਹੀ ਹਾਊਸਫੁੱਲ ਪੈਕਡ ਆਡੀਅੰਸ ਜੁੜੀ ਹਨ, ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਅਤੇ ਪੁੱਛਾਂਗੇ ਕਿ ਇਸ ਸੈਂਟਾ ਰੋਜ਼ਾ ਦੀ ਪਿਆਰੀ ਜੀ ਕਮਿਊਨਿਟੀ ਕਿਸ ਤਰ੍ਹਾਂ ਯੂਨੀਕ ਹੈਗੀ, ਰਾਈਟ? ਸਾਡੀ ਜਿਹੜੀ ਇੱਥੇ ਦੀ ਕਮਿਊਨਿਟੀ, ਜਿਹੜੀ ਸਾਡੀ ਫਰੈਂਡਸ਼ਿਪ ਦੀ ਕਮਿਊਨਿਟੀ ਆ ਇੱਥੇ ਸੈਂਟਾ ਰੋਜ਼ਾ, ਕੰਪਲੀਟਲੀ ਡਿਫਰੈਂਟ ਆ ਮੋਸਟ ਆਫ ਕੈਲੀਫੋਰਨੀਆ ਨਾਲੋਂ। ਸਾਡੀ ਕਮਿਊਨਿਟੀ ਛੋਟੀ ਨੇ, ਸਾਡੀ ਕਮਿਊਨਿਟੀ 'ਚ ਇਕੱਠ ਆ, ਸਾਡੀ ਕਮਿਊਨਿਟੀ 'ਚ ਇੱਕ ਦੂਜੇ ਨਾਲ ਲੋਕ ਬਹੁਤ ਕਰਦੇ ਆ, ਜਦ ਉਹਨਾਂ ਨੂੰ ਕਿਸੇ ਨੂੰ ਲੋੜ ਪੈਂਦੀ ਆ ਸਾਰੇ ਇਕੱਠੇ ਹੁੰਦੇ ਆ, ਐਵਰੀਬਡੀ ਖੁਸ਼ੀ ਦੇ ਵਿੱਚ, ਗਮ ਦੇ ਵਿੱਚ, ਹਰ ਚੀਜ਼ ਦੇ ਵਿੱਚ, ਕਿਉਂਕਿ ਅਸੀਂ ਛੋਟੀ ਸਿਟੀ ਦੇ ਵਿੱਚ ਹਾਂ, ਸਾਡੇ ਜਿਹੜੇ ਪੰਜਾਬੀ ਆ ਅਸੀਂ ਹੈ ਵੀ ਘੱਟ ਹਾਂ, ਐਂਡ ਜਨਰਲੀ ਸਾਰੇ ਐਵਰੀਬਡੀ ਗੈਟਸ ਅਲੋਂਗ, ਸਾਡੀ ਕਮਿਊਨਿਟੀ ਤੋਂ ਬਹੁਤ ਸਿੱਖਿਆ ਜਾ ਸਕਦਾ ਹੈ। ਐਂਡ ਸਾਡਾ ਮੁੱਦਾ ਅੱਜ ਇਹੀ ਹੈਗਾ, ਬਟ ਥੋੜ੍ਹਾ ਜਿਹਾ ਮੈਨੂੰ ਦੱਸੋ, ਜੋ ਸਾਡੇ ਨਾਲ ਅੱਜ ਸਾਨੂੰ ਜੁਆਇਨ ਕਰ ਰਹੇ ਹੈ ਇਸ ਪ੍ਰੋਗਰਾਮ ਵਿੱਚ, ਯੂ ਨੋ, ਹੂ ਆਲ ਡੂ ਵੀ ਹੈਵ ਹੇਅਰ? ਕਮਿਊਨਿਟੀ ਲੀਡਰਸ, ਬਿਜ਼ਨਸਮੈਨ, ਥੋੜ੍ਹਾ ਜਿਹਾ ਆਪਣੀ ਆਡੀਅੰਸ ਬਾਰੇ ਸਾਨੂੰ ਦੱਸੋ। ਆਈ ਵੁੱਡ ਲਾਈਕ ਟੂ ਸੇ ਵੀ ਹੈਵ ਕਮਿਊਨਿਟੀ ਲੀਡਰਸ ਹੇਅਰ, ਕਮਿਊਨਿਟੀ ਲੀਡਰਸ, ਵੀ ਹੈਵ ਬਿਜ਼ਨਸਮੈਨ ਹੇਅਰ, ਆਲ ਆਫ ਦੈਮ ਆਰ ਆਰ ਫਰੈਂਡਸ, ਦਿਸ ਇਜ਼ ਆਬਵੀਅਸਲੀ ਨਾਟ ਆਲ ਆਫ ਸੈਂਟਾ ਰੋਜ਼ਾ, ਪਰ ਸਾਡੇ ਜਿਹੜੇ ਤੁਸੀਂ ਕਹੋ ਵੀ ਸਭ ਤੋਂ ਜ਼ਿਆਦਾ ਕਮਿਊਨਿਟੀ ਲੀਡਰਸ ਬੰਦੇ ਉੱਥੇ ਸਾਰੇ ਇੱਥੇ ਹੈਗੇ ਆ, ਸਾਡੇ ਕਾਫੀ ਸਕਸੈਸਫੁਲ ਫਰੈਂਡਸ ਹੈ ਜਿਹੜੇ ਬਿਜ਼ਨਸ ਦੇ ਵਿੱਚ ਆ, ਉਹ ਵੀ ਇੱਥੇ ਨੇ। ਸੋ ਅਸੀਂ ਕਾਫੀ ਮਿਕਸ ਆ, ਐਵਰੀਬਡੀ ਇਜ਼ ਨੋਟ ਇਨ ਬਿਜ਼ਨਸ, ਐਵਰੀਬਡੀ ਇਜ਼ ਨੋਟ ਇਨ ਵਨ ਥਿੰਗ, ਸਾਰੀਆਂ ਚੀਜ਼ਾਂ ਮਿਕਸ ਹੀ ਹੈਗੀਆਂ ਆ। ਐਂਡ ਲੋਕਲ ਪੋਲਿਟਿਕਸ, ਲੋਕਲ ਪੋਲਿਟਿਕਸ ਸਾਡੇ ਬੰਦੇ, ਹਾਂਜੀ ਹਾਂਜੀ ਹੈਗੇ ਜਿਹੜੇ ਸਾਡੇ ਪੀਪਲ ਆਰ ਇਨਵੋਲਵਡ ਇਨ ਦੈਟ। ਲਾਈਕ ਆਈ ਸੈਡ, ਯੂ ਨੋ, ਅਸੀਂ ਸਮਾਲਰ ਕਮਿਊਨਿਟੀ ਹਾਂ, ਬਟ ਅਸੀਂ ਮਲਟੀ ਫੈਸਿਟਿਡ ਹੈਗੇ ਹਾਂ ਕਾਫੀ ਤਰ੍ਹਾਂ। ਸਾਡਾ ਜਿਹੜਾ ਆਰ ਕਾਉਂਟੀ, ਸੋਨੋਮਾ ਕਾਉਂਟੀ, ਇਜ਼ ਆਈ ਗੈਸ ਵੈਰੀ ਮੱਚ ਡਿਫਰੈਂਟ ਦੈਨ ਅ ਲੋਟ ਆਫ ਪਲੇਸਿਸ ਇਨ ਕੈਲੀਫੋਰਨੀਆ। ਅਸੀਂ ਕਾਫੀ organic movement, wines, breweries, there's so much to do here. We are a tourist county, so a lot of our people are, we have friends in hospitality here. Right. So, you know, it's a beautiful place of California to live in. There's so much around here. Yes, and ਇਹ ਤਾਂ ਥੋੜ੍ਹਾ ਜਿਹਾ ਸਾਨੂੰ ਵੀ ਮੌਕਾ ਮਿਲਿਆ ਉਸ ਚੀਜ਼ ਨੂੰ ਇੰਜੋਏ ਕਰਨ ਦਾ ਜਦੋਂ ਉੱਥੇ ਡਰਾਈਵ ਕਰ ਰਹੇ ਸੀ। ਆਈ ਵਾਂਟ ਟੂ ਟੈਲ ਐਵਰੀਵਨ, ਸੈਂਟਾ ਰੋਜ਼ਾ ਕਾਫੀ ਸਿਲੀਕਨ ਵੈਲੀ ਦੇ ਵੀ ਲਾਗੇ ਪੈਂਦਾ ਹੈ, ਬੇ ਏਰੀਆ ਦੇ ਵਿੱਚ। ਟੈਕਨੀਕਲੀ ਯੂ ਗਾਈਜ਼ ਆਰ ਪਾਰਟ ਆਫ ਦ ਬੇ ਏਰੀਆ, ਬਿਊਟੀਫੁਲ ਮਾਊਂਟੇਨਸ, ਐਂਡ ਐਕਚੁਅਲੀ
ਤੁਹਾਡੇ ਆਪਣੇ ਬੈਕਯਾਰਡ ਵਿੱਚ ਇੰਨੀ ਵਧੀਆ ਸੀਨਰੀ ਹੈ ਸੋ ਆਈ ਲਵ ਆਰਗੈਨਿਕ ਗਾਰਡਨਿੰਗ ਆਈ ਗਰੋ ਮਾਈ ਓਨ ਮੈਂ ਕਾਫੀ ਆਪਣੀਆਂ ਵੈਜੀਟੇਬਲ ਲਾਉਂਦਾ ਜੀ 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 ਹੁਣ ਵੀ ਮੂਲੀਆਂ ਲੱਗੀਆਂ ਸਾਡੇ ਸ਼ਲਗਮ ਲੱਗੇ ਆ ਸਾਗ ਸੋ ਜਦੋਂ ਇਸ ਕਮਿਊਨਿਟੀ ਦੀ ਗੱਲ ਆਉਂਦੀ ਹੈ ਜੋ ਇੱਥੇ ਪੰਜਾਬੀ ਵਸਦੇ ਹਨ ਆਪਣੀ ਸਾਊਥ ਏਸ਼ੀਅਨ ਪੋਪੂਲੇਸ਼ਨ ਹਾਂਜੀ ਯੂ ਨੋ ਵਾਟ ਸੈਟਸ ਯੂ ਗਾਇਜ਼ ਅਪਾਰਟ like I said, I think that's what sets us apart. Yeah. Is PSC ek dooje naal karde ha assi ek dooje de dukh sukh de vich shamil hunne ha like assi literally I think within 5 or 6 days hi saryan nu bulaya pi aao ji assi kar kuch kar rahe ha tusi aao so I think that's what sets us apart kyunki unfortunately jad bande zyada vadh jande ha differences kinne ho jande ha whatever politics plays a part and that has not happened here hopefully nahi kadi rab na kare hoga but that's something to learn ਇੱਥੇ ਇੱਥੇ ਜਿੰਨੇ ਵੀ ਬੰਦੇ ਆ ਨਾ ਜੀ ਉਹ ਫਨ ਲਵਿੰਗ ਬੰਦੇ ਆ ਤੇ ਦੂਜੇ ਕਿਸੇ ਕਮਿਊਨਿਟੀ ਜਾਓਗੇ ਦੇ ਆਰ ਨੋਟ ਫਨ ਲਵਿੰਗ ਦੇ ਆਰ ਯੂ ਨੋ ਲੁਕਿੰਗ ਪੀ ਆ ਕੀ ਕਰਦਾ ਬਟ ਇਹ ਸਾਰੇ ਜਿਹੜੇ ਬੰਦੇ ਆ ਨਾ ਇਹ ਦੂਜੇ ਨੂੰ ਤਰੱਕੀ ਵੇਖ ਕੇ ਖੁਸ਼ ਹੁੰਦੇ ਆ ਐਂਡ ਦੇ ਲਵ ਸਾਰਿਆਂ ਨੂੰ ਇੱਕ ਦੂਜੇ ਨੂੰ ਪਿਆਰ ਕਰਦੇ ਆ ਕੋਈ ਡਿਫਰੈਂਸਿਸ ਨਹੀਂ ਹੈਗੇ ਦੈਟਸ ਵਾਟ ਆਈ ਲਾਈਕ ਅਬਾਊਟ ਐਂਡ ਦੈਟਸ ਇਜ਼ ਅ ਯੂਨੀਕ ਥਿੰਗ ਇਨ ਆਵਰ ਕਮਿਊਨਿਟੀ ਅਨਦਰ ਥਿੰਗ ਜੋ ਮੈਂ ਸਾਡੀ ਜੋ ਆਡੀਅੰਸ ਵੇਖ ਰਹੀ ਹੈ ਸਾਨੂੰ ਇਸ ਵੇਲੇ ਟੀਵੀ ਤੇ ਉਹਨਾਂ ਨੂੰ ਇਹ ਵੀ ਦੱਸਣਾ ਚਾਹਾਂਗੀ ਦਿਸ ਇਜ਼ ਵਨ ਆਫ ਦ ਪ੍ਰੋਗਰਾਮਸ ਵੇਅਰ ਆਮ ਵੈਰੀ ਹੈਪੀ ਟੂ ਸੇ ਦੈਟ ਵੀ ਹੈਵ ਅ ਕੰਪਲੀਟਲੀ ਮਿਕਸ live audience jinni ithe jananiyan han unne hi unade you know men present han so we're very happy to see when it comes to these kind of programs that inclusivity hagi todi community vich assi definitely family oriented community ha you know so our friends we obviously you know we have people that you know our friends or kids are getting married and then sade apne jehde bacche chote ne they're all friends but assi ik dooje naal ohi family tusi dekh rahe ha sare kithe bacche vi ne ji so yes definitely yes. family oriented well we're very happy jidda kehne to introduce Santa Rosa di pyar bhari choti ji community to the rest of the world just punjabi de rahi itthe parup de choti ji break li tusi vi jude raho sade naal gal karange is Santa Rosa community naal break to baad Okay. Who are we bringing now? ਬਹੁਤ ਸਾਰੇ ਦਾ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ ਤੇ ਪਹੁੰਚੀ ਹੈ ਸਾਡੀ ਟੀਮ ਅੱਜ ਸੈਂਟਾ ਰੋਜ਼ਾ ਕੈਲੀਫੋਰਨੀਆ ਦੇ ਵਿੱਚ ਇੱਥੇ ਦੀ ਕਮਿਊਨਿਟੀ ਕਿਸ ਤਰ੍ਹਾਂ ਰਹਿੰਦੀ ਹੈ ਕਿਸ ਤਰ੍ਹਾਂ ਉਹਨਾਂ ਦੀ ਇਨਕਲੂਸਿਵਿਟੀ ਤੇ ਏਕਤਾ ਤੇ ਪਿਆਰ ਬਣਿਆ ਹੋਇਆ ਅੱਜ ਇਹੀ ਗੱਲ ਹੋ ਰਹੀ ਹੈ ਤੇ ਮੇਰੇ ਨਾਲ ਹੁਣ ਜੁਆਇਨ ਕਰ ਰਹੇ ਮੈਨੂੰ ਪੈਨਲ ਤੇ ਮਿਸਟਰ ਕੁਲਵੀਰ ਸਿੰਘ ਦੋਸਾਂਝ ਤੇ ਮਿਸਟਰ ਮੰਗਲ ਸਿੰਘ ਢਿੱਲੋਂ ਤੁਹਾਡਾ ਸਵਾਗਤ ਸ਼ੁਕਰੀਆ ਜੀ ਮਿਹਰਬਾਨੀ ਥੈਂਕ ਯੂ ਤੇ ਮੈਂ ਦੱਸਣਾ ਚਾਹਾਂਗੀ ਆਡੀਅੰਸ ਨੂੰ ਦੈਟ ਇਹ ਕਮਿਊਨਿਟੀ ਲਈ ਪੰਜਾਬੀਅਤ ਲਈ ਪੂਰੇ ਯੂਨਾਈਟਿਡ ਸਟੇਟਸ ਵਿੱਚ ਕਾਫੀ ਮਸ਼ਹੂਰ ਹਨ ਤੁਹਾਡੀ ਕੰਟਰੀਬਿਊਸ਼ਨਸ ਕਾਫੀ ਹਨ ਬਟ ਇੱਥੇ ਸਪੈਸੀਫਿਕਲੀ ਤੁਸੀਂ ਸਿੱਖ ਨਾਰਥ ਬੇ ਸਿੱਖ ਟੈਂਪਲ ਦੇ ਨਾਲ ਮਤਲਬ ਸ਼ੁਰੂਆਤ ਤੋਂ ਹੀ ਜੁੜੇ ਹੋਏ ਤਾਂ ਥੋੜ੍ਹਾ ਜਿਹਾ ਉਹਦੇ ਬਾਰੇ ਦੱਸੋ ਸਾਨੂੰ ਅਸੀਂ ਇੱਥੇ ਜੀ ਨਾਰਥ ਬੇ ਸਿੱਖ ਫਾਊਂਡੇਸ਼ਨ ਸ਼ੁਰੂ ਕੀਤੀ ਸੀ ਸਪਟੰਬਰ 2003 ਦੇ ਵਿੱਚ ਅਤੇ ਜਿਸ ਤਰ੍ਹਾਂ ਬਾਕੀ ਕੈਲੀਫੋਰਨੀਆ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਸ਼ੁਰੂਆਤ ਹੋਈ ਆ ਘਰਾਂ ਤੋਂ ਅਸੀਂ ਵੀ ਘਰ ਤੋਂ ਕੀਤੀ ਸੀ ਹੌਲੀ ਹੌਲੀ ਥੋੜ੍ਹੀ ਜਿਹੀ ਹੋਰ ਪ੍ਰੋਪਰਟੀ ਲਈ ਉਹਦੇ 'ਚ ਵੀ ਕਾਫੀ ਹਰਡਲਸ ਲੱਗ ਗਈਆਂ ਪਰ ਫਾਈਨਲੀ ਹੁਣ ਇੱਥੇ ਸਾਡੇ ਕਮਿਊਨਿਟੀ ਦੇ ਬਹੁਤ ਹੀ ਸਤਿਕਾਰਯੋਗ ਬੰਦੇ ਆ ਸਰਦਾਰ ਅਜੈਬ ਸਿੰਘ ਅੱਜ ਇੱਥੇ ਪਹੁੰਚ ਨਹੀਂ ਸਕੇ ਮੇਰੇ ਖਿਆਲ ਆਊਟ ਆਫ ਸਟੇਸ਼ਨ ਆ ਅਤੇ ਉਹਨਾਂ ਨੇ ਕਾਫੀ ਯੋਗ ਪਾਇਆ ਆਲਮੋਸਟ 5 acres ਡੋਨੇਟ ਕੀਤੇ ਕਮਿਊਨਿਟੀ ਨੂੰ ਅਤੇ ਕੋਲੋਂ ਆਲਮੋਸਟ $1 million ਵੀ ਸਪੈਂਡ ਕੀਤਾ ਅਤੇ ਸਾਡੇ ਜੋ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਪਲਾਨਸ ਬਿਲਕੁਲ ਫਾਈਨਲ ਹੋ ਗਏ ਆ ਹੋਪਫੁਲੀ ਵਿਦ ਇਨ ਕਪਲ ਮੰਥਸ ਵੀ ਗੋਇੰਗ ਟੂ ਲੇ ਦਾ ਫਾਊਂਡੇਸ਼ਨ ਵੈਰੀ ਨਾਈਸ ਤੇ ਦੁਸਾਂਝ ਜੀ ਤੁਹਾਡੀ ਇਨਵੋਲਵਮੈਂਟ ਗੁਰੂ ਘਰ ਦੇ ਨਾਲ ਤਾਂ ਹੈਗੀ ਬਟ ਉਹ ਇਨ ਐਡੀਸ਼ਨ ਟੂ ਦੈਟ ਤੁਸੀਂ ਸਪੋਰਟਸ ਦੇ ਵਿੱਚ ਵੀ ਇਨਵੋਲਵਡ ਹੋ ਉਹਦੇ ਬਾਰੇ ਦੱਸੋ ਬਿਲਕੁਲ ਜੀ ਸਾਡੀ ਨਾਰਥ ਵੇ ਸਿੱਖ ਫਾਊਂਡੇਸ਼ਨ ਆ ਸੋਰੀ ਨਾਰਥ ਵੇ ਸਪੋਰਟਸ ਕਲੱਬ ਆ ਜਿਹੜੇ ਕਿ ਕਾਫੀ ਕਬੱਡੀ ਜਾਂ ਹੋਰ ਤਰ੍ਹਾਂ ਦੇ ਟੂਰਨਾਮੈਂਟ ਕਰਾਉਂਦੀ ਆ ਉਹਦੇ ਵਿੱਚ ਮੈਂ ਐਜ ਏ ਜਨਰਲ ਸੈਕਟਰੀ ਲਾਸਟ 10 years ਤੋਂ ਇਨਵੋਲਵ ਹਾਂ ਅਤੇ ਅਸੀਂ ਆਈ ਜਸਟ ਕੇਮ ਬੈਕ ਫਰੋਮ ਇੰਡੀਆ ਲਾਸਟ ਨਾਈਟ ਅਤੇ ਉੱਥੇ ਵੀ ਅਸੀਂ ਟੂਰਨਾਮੈਂਟ ਵਗੈਰਾ ਕਰਾ ਕੇ ਆਏ ਇੱਥੇ ਵੀ ਕੈਲੀਫੋਰਨੀਆ ਵਿੱਚ ਸਾਰੇ ਟੂਰਨਾਮੈਂਟ ਕਰਾਉਂਦੇ ਹਾਂ ਤਾਂ ਕਿ ਜਿਹੜਾ ਸਾਡਾ ਯੂਥ ਆ ਉਹ ਸਪੋਰਟਸ ਦੇ ਨਾਲ ਜੁੜਿਆ ਰਹੇ ਅਤੇ ਢਿੱਲੋਂ ਜੀ ਤੁਸੀਂ ਵੀ ਗੁਰਦੁਆਰੇ ਨਾਲ ਇਨਵੋਲਵਡ ਹੋ ਥੋੜ੍ਹੀ ਜਿਹੀ ਸਾਡੀ ਆਡੀਅੰਸ ਨੂੰ ਦੱਸੋ ਕਿ ਜੋ ਸੈਂਟਾ ਰੋਜ਼ਾ ਦਾ ਗੁਰਦੁਆਰਾ ਹੈ ਉਹ ਕਿਸ ਤਰ੍ਹਾਂ ਸ਼ੁਰੂ ਹੋਇਆ ਅਤੇ ਅੱਜ ਉਹ ਕਿਸ ਮੁਕਾਮ 'ਤੇ ਪਹੁੰਚਿਆ ਹੋਇਆ
ਹਾਂ ਜੀ, ਜਿੱਦਾਂ ਆਪਣੇ ਭਾਅ ਜੀ ਹੁਣੀ ਦੱਸਿਆ ਵੀ ਗੁਰਦੁਆਰਾ ਅਸੀਂ ਸ਼ੁਰੂ ਕੀਤਾ ਸੀ ਹੌਲੀ ਹੌਲੀ, ਉਹ ਤੋਂ ਹੁਣ ਪਲੈਨ ਬਣੇ ਨੇ ਤਾਂ ਹੋ ਸਕਦਾ ਜੀ ਗੁਰਦੁਆਰਾ ਇਸ ਸਾਲ ਸਾਡਾ ਸ਼ੁਰੂ ਹੋ ਜਾਏਗਾ। ਜੀ 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 ਜੀ। ਅਤੇ ਸਪੋਰਟਸ ਵਾਲੀ ਸਾਈਡ 'ਤੇ ਕਿਸ ਤਰ੍ਹਾਂ ਯੂਥ ਨੂੰ ਇਨਵੋਲਵ ਕਰਦੇ ਹੋ ਤੁਸੀਂ? ਸਾਡਾ ਜੀ ਸਾਡੀ ਨੌਰਥ ਵੈਸਟ ਸਪੋਰਟਸ ਕਲੱਬ ਹੈਗੀ ਆ ਜੀ, ਉਹਦੇ ਵਿੱਚ ਸਾਡਾ ਇਹ ਯੋਗ ਆ ਜੀ ਬੱਚਿਆਂ ਨੂੰ ਡਰੱਗ ਤੋਂ ਦੂਰ ਕੀਤਾ ਜਾਵੇ। ਜੀ ਜੀ। ਤੋ ਚਲੋ ਅਸੀਂ ਮਿਹਨਤ ਕਰਦੇ ਹਾਂ ਜੀ ਬੱਚਿਆਂ ਨੂੰ, ਯੰਗ ਜਨਰੇਸ਼ਨ ਨੂੰ ਵਿੱਚ ਲਿਆਉਂਦੇ ਹਾਂ ਸਪੋਰਟਸ ਦੇ ਵਿੱਚ। ਹੁਣ ਇੰਡੀਆ ਵੀ ਅਸੀਂ ਜਾ ਕੇ ਆਏ, ਉੱਥੇ ਵੀ ਆਪਣੇ ਸਾਡਾ ਜਿੱਥੇ ਵੱਡੇ ਰੁੜ ਕੇ ਅਸੀਂ ਟੂਰਨਾਮੈਂਟ ਕਰਾਏ ਨੇ ਅਤੇ ਉੱਥੇ ਵੀ ਸਾਡੇ ਜੀ 600 ਬੱਚਾ ਜਿਸ ਨੂੰ ਉਹਦੇ ਵਿੱਚ ਇਨਵੋਲਵ ਕੀਤਾ ਸਪੋਰਟਸ ਦੇ ਵਿੱਚ। ਕਿਸ ਪਿੰਡ ਦੀ ਗੱਲ ਹੈ? ਇਹ ਬੜਾ ਰੁੜਕਾ ਜੀ, ਰੁੜਕਾ ਕਲਾ, ਰੁੜਕਾ ਕਲਾ। ਹਾਂਜੀ। ਅਤੇ ਉੱਥੇ ਜੋ ਤੁਸੀਂ ਇਨਵੋਲਵ ਕਰ ਰਹੇ ਹੋ ਬੱਚਿਆਂ ਨੂੰ, ਉਹਨਾਂ ਦੀ ਕੀ ਪੋਜ਼ਿਟਿਵ ਇੰਪੈਕਟ ਤੁਸੀਂ ਦੇਖਿਆ? ਉਹ ਜੀ ਉਹਦੇ ਵਿੱਚੋਂ ਸਾਡੇ ਉਹਨਾਂ ਦੇ ਵਿੱਚੋਂ ਬੱਚੇ ਆ ਕੇ ਗਾਹਾਂ ਸਪੋਰਟਸ ਦੇ ਵਿੱਚ ਆ ਰਹੇ ਨੇ ਜੀ, ਇਹ ਉਹਨਾਂ ਉਸ ਦੇ ਥਰੂ ਵਰਲਡ ਰੇਸ਼ਨ ਅਤੇ ਵਰਲਡ ਵਾਈਜ ਬੱਚੇ ਸਾਕਰ ਦੀ ਗੇਮ ਟੀਮ 'ਚ ਗਏ ਨੇ। ਹਾਂਜੀ। ਅੱਛਾ ਜੀ। ਹਾਂਜੀ, ਬੜੀ ਮਾਣ ਦੀ ਗੱਲ ਹੈ ਸਾਡੀ ਕਮਿਊਨਿਟੀ ਲਈ। ਅਤੇ ਕੁਲਬੀਰ ਜੀ, ਜਦੋਂ ਇੱਥੇ ਆਪਣੀ ਕਬੱਡੀ ਦੀ ਤੁਸੀਂ ਔਰਗਨਾਈਜੇਸ਼ਨ ਬਣਾਈ ਅਤੇ ਬੱਚਿਆਂ ਨੂੰ ਇਨਵੋਲਵ ਕੀਤਾ, ਤੁਹਾਡੇ ਮਨ 'ਚ ਕਦੀ ਸੀਗਾ ਕਿ ਕਬੱਡੀ ਯੂਨਾਈਟਿਡ ਸਟੇਟਸ ਵਿੱਚ ਇੱਕ ਪ੍ਰੋ ਸਪੋਰਟ ਵੀ ਬਣ ਸਕਦੀ ਹੈ, ਅਤੇ ਅੱਜ ਤੁਹਾਡੀ ਕੋਸ਼ਿਸ਼ ਜਾਰੀ ਹੈ ਉਸ ਸਾਈਡ 'ਤੇ? ਬਿਲਕੁਲ ਜਾਰੀ ਹੈ ਜੀ, ਅਸੀਂ ਯੂਨਾਈਟਿਡ ਸਟੇਟ ਦੇ ਲੈਵਲ 'ਤੇ ਤਾਂ ਆਲਮੋਸਟ ਸ਼ੁਰੂ ਹੋ ਗਿਆ, ਅਸੀਂ ਤਾਂ ਇਹ ਵੀ ਚਾਹੁੰਦੇ ਹਾਂ ਬਈ ਫਿਊਚਰ ਦੇ ਵਿੱਚ ਓਲੰਪਿਕ 'ਤੇ ਜਾਵੇ। ਜੀ ਹਾਂਜੀ। ਅਤੇ ਹੋਪਫੁਲੀ ਵਾਹਿਗੁਰੂ ਕੀ ਅਰਦਾਸ ਕਰਦੇ ਹਾਂ ਕਿਸੇ ਦਿਨ ਇਹ ਸੁਪਨਾ ਵੀ ਪੂਰਾ ਹੋਊਗਾ। ਜੀ ਜੀ ਜੀ। ਐਂਡ ਤੁਹਾਡੀ ਕਮਿਊਨਿਟੀ ਨਾਲ ਇੰਨੀ ਜ਼ਿਆਦਾ ਐਫਰਟਸ ਹਨ, ਬਟ ਤੁਸੀਂ ਬਿਜ਼ਨਸ ਵੀ ਕਾਫੀ ਸਕਸੈਸਫੁਲੀ ਕਰ ਰਹੇ ਹੋ, ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਸਾਨੂੰ। ਦੇਖੋ ਜੀ, ਮੈਂ 1997 ਦੇ ਵਿੱਚ ਇੱਥੇ ਮੂਵ ਹੋਇਆ ਸੀ ਅਤੇ ਮੈਂ ਫਸਟ ਸਟੋਰ ਲਿਆ ਸੀ ਅਤੇ ਹੌਲੀ ਹੌਲੀ ਗਰੋ ਕੀਤਾ, ਇਸ ਵੇਲੇ 5-6 ਸਟੋਰ ਆ ਜੀ ਅਤੇ ਬੜਾ ਵਧੀਆ ਚੱਲ ਰਿਹਾ। ਕਿਸ ਤਰ੍ਹਾਂ ਕੀ ਚੈਲੰਜਸ ਤੁਸੀਂ ਫੇਸ ਕੀਤੇ ਕੈਲੀਫੋਰਨੀਆ ਵਿੱਚ ਆਪਣੇ ਬਿਜ਼ਨਸ ਨੂੰ ਇਸਟੈਬਲਿਸ਼ ਕਰਨ ਲਈ? ਤੁਹਾਡੇ ਲਈ ਇੱਥੇ ਦੀ ਜੋ ਕਮਿਊਨਿਟੀ ਸੀਗੀ, ਭਾਵੇਂ ਸੈਂਟਾ ਰੋਜ਼ਾ ਕਹਿ ਲਿਓ, ਜਦੋਂ ਤੁਸੀਂ ਕਹਿ ਰਹੇ ਸੀ ਸਦਰਨ ਕੈਲੀਫੋਰਨੀਆ ਤੁਸੀਂ ਪਹਿਲੇ ਸ਼ੁਰੂ ਕੀਤਾ, ਉਹ ਤੁਹਾਨੂੰ ਹੋਸਪਿਟੇਬਲ ਲੱਗੀ ਜਾਂ ਤੁਹਾਡੇ ਲਈ ਕਾਫੀ ਵੱਡਾ ਚੈਲੰਜ ਸੀਗਾ? ਚੈਲੰਜ ਤਾਂ ਨਹੀਂ ਸੀ ਜੀ, ਹਾਰਡ ਵਰਕ ਸੀ ਜੀ, ਹਾਰਡ ਵਰਕ ਕੀਤਾ, ਸਕਸੈਸਫੁਲ ਹੋਏ। ਬਾਕੀ ਇੱਥੇ ਸਾਰੀ ਕਮਿਊਨਿਟੀ ਦਾ ਸਾਥ ਸੀ ਸਾਡੇ ਨਾਲ, ਸਾਰੇ ਇੱਕ ਦੂਜੇ ਨਾਲ ਭਰਾਵਾਂ ਵਾਂਗੂ ਰਹਿੰਦੇ ਆ ਜੀ, ਅਤੇ ਇਸ ਕਰਕੇ ਇੰਨੀ ਕੋਈ ਮੁਸ਼ਕਲ ਤਾਂ ਨਹੀਂ ਆਈ, ਪਰ ਹਾਰਡ ਵਰਕ ਤਾਂ ਜ਼ਰੂਰ ਕਰਨਾ ਪਿਆ। ਕੀ ਮੈਸੇਜ ਤੁਸੀਂ ਇੱਥੇ ਦੀ ਕਮਿਊਨਿਟੀ ਤੋਂ ਸਿੱਖ ਕੇ ਸਾਡੀ ਬਾਕੀ ਜੋ ਪੰਜਾਬੀ ਦੁਨੀਆ ਭਰ ਸਾਨੂੰ ਵੇਖ ਰਹੇ ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੋਗੇ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਵੀ ਜੋ ਅਮੈਰੀਕਾ ਆ, ਇੱਥੇ ਬਿਜ਼ਨਸ ਅਪਰਚੁਨਿਟੀ ਬਹੁਤ ਆ, ਜੋ ਬੰਦਾ ਹਾਰਡ ਵਰਕ ਕਰੂਗਾ ਸਦਾ ਸਕਸੈਸਫੁਲ ਹੋਊਗਾ, ਆਲਵੇਜ਼ ਹਾਰਡ ਵਰਕ ਪੇਜ਼ ਆਫ ਜੀ। ਢਿੱਲੋ ਜੀ। ਹਾਂਜੀ, ਮੈਂ ਜੀ ਸੰਟਾ ਰੋਜ਼ਾ ਇੱਥੇ ਅਪ੍ਰੈਲ 92 'ਚ ਮੂਵ ਹੋਇਆ ਸੀਗਾ। ਅੱਛਾ ਜੀ। ਤਾਂ ਮੈਂ ਇੱਥੇ ਇੱਕ ਸਟੋਰ ਤੋਂ ਸ਼ੁਰੂ ਕੀਤਾ ਸੀ ਕੰਮ ਜੀ, ਯੂ ਨੋ ਇਟ ਵਾਜ਼ ਅ ਵੈਰੀ ਨਾਈਸ ਸਿਟੀ ਜੀ, ਤਾਂ ਇੱਥੇ ਜਿਹੜੇ ਇੱਥੇ ਦੇ ਗੋਰੇ ਵੀ ਉਹ ਵੀ ਬਹੁਤ ਨਾਈਸ ਨੇ ਜੀ, ਉਹਨਾਂ ਸਾਨੂੰ ਵੀ ਬਹੁਤ ਸਪੋਰਟ ਕੀਤਾ। ਇਸ ਵੇਲੇ ਮੇਰੇ ਕੋਲ ਜੀ 15 ਬਿਜ਼ਨਸ ਨੇ। ਵਾਓ। ਅਤੇ 92 ਤੋਂ ਲੈ ਕੇ ਅੱਜ ਤੱਕ ਕਿਸ ਤਰ੍ਹਾਂ ਤੁਸੀਂ ਇਸ ਕਮਿਊਨਿਟੀ ਨੂੰ ਚੇਂਜ ਹੋਤੇ ਦੇਖਿਆ? ਵਾਟ ਇਜ਼ ਦ ਬਿਗੈਸਟ ਚੇਂਜ ਜੋ ਤੁਸੀਂ ਵਿਟਨੈਸ ਕੀਤਾ ਹੈ? ਬਿਗੈਸਟ ਚੇਂਜ, ਜਦੋਂ ਮੈਂ 92 'ਚ ਮੂਵ ਹੋਇਆ ਉੱਥੇ ਜੀ, ਮੇਰਾ ਖਿਆਲ 2-3 ਫੈਮਲੀਆਂ ਸੀਗੀਆਂ ਆਪਣੀਆਂ ਨੇ ਇੱਥੇ, ਇਸ ਵੇਲੇ ਕਿੰਨੀ ਰੌਣਕ ਲੱਗੀ ਹੋਈ ਹੈ। ਹਾਂਜੀ ਹਾਂਜੀ ਹਾਂਜੀ। ਨਹੀਂ ਸੱਚੀ, ਇੱਥੇ ਬੈਠਣ ਦੀ ਵੀ ਜਗ੍ਹਾ ਨਹੀਂ ਹੈਗੀ। ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਰਿਮਾਈਂਡ ਕਰਾਂ, ਦਿਸ ਇਜ਼ ਅ ਕੰਪਲੀਟਲੀ ਹਾਊਸਫੁੱਲ ਗੈਦਰਿੰਗ, ਇੱਥੇ ਅੱਜ ਪਹੁੰਚੀ ਹੈ, ਸੋ ਆਰ ਵੈਰੀ ਹੈਪੀ। ਜੋ ਤੁਹਾਡੀ ਇਨਵੋਲਵਮੈਂਟ ਹੈ ਸਪੋਰਟਸ ਦੀ ਸਾਈਡ ਵਿੱਚ, ਜੋ ਸਾਡੇ ਬੱਚੇ ਅੱਜ ਕੱਲ੍ਹ ਇੱਥੇ ਦੇ ਸਕੂਲਸ ਵਿੱਚ ਸਪੋਰਟਸ ਵਿੱਚ ਪਾਰਟੀਸਪੇਟ ਕਰਦੇ ਹੈ, ਉਹਨਾਂ ਲਈ ਤੁਸੀਂ ਹੋਰ ਕੀ ਓਪਰਚੁਨਿਟੀਜ਼ ਦੇਖਣਾ ਚਾਹੋਗੇ? ਉਹਨਾਂ ਲਈ ਤਾਂ ਦੇਖੋ ਜੀ, ਸਪੋਰਟਸ ਦੇ ਵਿੱਚ ਤਾਂ ਅਸੀਂ ਕਹਿੰਦੇ ਵੀ ਸਾਡੇ, ਚਲੋ ਕਬੱਡੀ ਵਗੈਰਾ ਤਾਂ ਆਪਣੇ ਇੰਡੀਆ ਪੰਜਾਬੀ ਕਮਿਊਨਿਟੀ 'ਤੇ ਲਿਮਿਟਡ ਰਹਿ ਜਾਂਦੀ, ਅਸੀਂ ਤਾਂ ਕਹਿੰਦੇ ਜਿੱਦਾਂ ਬਾਸਕਟਬਾਲ ਜਾਂ ਇੱਥੇ ਦੇ ਸਪੋਰਟਸ ਵਿੱਚ ਇਨਵੋਲਵ ਹੋਣ ਅਤੇ ਗਾਹਾਂ ਉਹ ਆਪਣਾ ਪੇਰੈਂਟਸ ਦਾ, ਆਪਣੇ ਦੇਸ਼ ਦਾ, ਆਪਣੇ ਸ਼ਹਿਰ ਦਾ ਨਾਂ ਚਮਕਾਉਣ। ਫੁੱਟਬਾਲ, ਸੋਕਰ ਹੋਇਆ, ਫੁੱਟਬਾਲ ਹੋਇਆ, ਵਾਲੀਬਾਲ ਜਾਂ ਹੋਰ ਅਥਲੈਟਿਕਸ ਦੇ ਵਿੱਚ, ਇਹ ਅਸੀਂ ਚਾਹੁੰਦੇ ਹਾਂ ਸਾਰਿਆਂ ਲਈ। So we wish you the best of luck and is passe ta I think sare bahut hi interested honge saadi community de bacche participate karan te successful hon paave ho basketball hai, football hai, jidda tusi keha soccer de game vich, but I'm sure ke tode wango jo leaders han unna di guidance de naal is zarur cheez hoegi. Itthe apan rukde ek choti ji break layi, break to baad gal karange is live audience de naal, tusi vi jude raho.
ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਤੁਹਾਡਾ ਆਪਣਾ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਪਹੁੰਚੀ ਹੈ। ਸਾਡੀ ਟੀਮ ਅੱਜ ਸੈਂਟਾ ਰੋਜ਼ਾ ਕੈਲੀਫੋਰਨੀਆ ਦੇ ਵਿੱਚ। ਅੱਜ ਸਾਡਾ ਇੱਥੇ ਪਹਿਲਾ ਵਿਜ਼ਿਟ ਹੈਗੀ, ਬਟ ਇਟ ਵੋਂਟ ਬੀ ਦ ਲਾਸਟ, ਬਿਕੋਜ਼ ਇੱਥੇ ਦੀ ਕਮਿਊਨਿਟੀ ਇੰਨੀ ਏਕਤਾ ਨਾਲ, ਇੰਨੇ ਪਿਆਰ ਨਾਲ ਰਹਿੰਦੇ ਹੈ, ਸਾਨੂੰ ਉਹਨਾਂ ਤੋਂ ਸਿੱਖਣ ਨੂੰ ਵੀ ਮਿਲ ਰਿਹਾ ਅਤੇ ਗੱਲਾਂ ਇੰਨੀ ਵਧੀਆ ਚੱਲ ਰਹੀਆਂ। ਹੁਣ ਮੈਂ ਤੁਹਾਨੂੰ ਇੰਟਰੋਡਿਊਸ ਕਰਾਉਣਾ ਚਾਹਾਂਗੀ ਟੂ ਮਿਸਟਰ ਸੋਨੂ ਚਾਂਦੀ, ਦੀ ਪ੍ਰੈਜ਼ੀਡੈਂਟ ਐਂਡ ਫਾਊਂਡਰ ਆਫ ਚਾਂਦੀ ਹਾਸਪਿਟੈਲਿਟੀ ਗਰੁੱਪ। ਵੈਲਕਮ ਟੂ ਦ ਸ਼ੋ ਐਂਡ ਟੂ ਯੂਰ ਬਿਊਟੀਫੁਲ ਮਿਸਿਜ਼ ਰਣਜੀਤ ਚਾਂਦੀ। ਸਭ ਤੋਂ ਪਹਿਲੇ ਤੁਸੀਂ ਇਸ ਸੈਂਟਾ ਰੋਜ਼ਾ ਕੈਲੀਫੋਰਨੀਆ ਵਿੱਚ 10 ਤੋਂ ਵੱਧ ਸਾਲਾਂ ਦੇ ਰਹਿ ਰਹੇ ਹੋ, ਯੂ ਆਰ ਵੈਰੀ ਵੈਲ ਇਸਟੈਬਲਿਸ਼ ਫਰੋਮ ਅ ਬਿਜ਼ਨਸ ਸਟੈਂਡ ਪੁਆਇੰਟ। ਸਾਡੀ ਆਡੀਅੰਸ ਨੂੰ ਦੱਸੋ, ਜੋ ਤੁਹਾਨੂੰ ਪੂਰੀ ਦੁਨੀਆ ਭਰ ਵੇਖ ਰਹੀ ਹੈ, ਵਾਈ ਸੈਂਟਾ ਰੋਜ਼ਾ? ਸੈਂਟਾ ਰੋਜ਼ਾ ਜੀ, ਸਾਨੂੰ ਪਹਿਲਾਂ ਤਾਂ ਬਿਜ਼ਨਸ ਲੈ ਕੇ ਆਇਆ ਸੀ। ਅੱਛਾ ਜੀ। ਸਾਨੂੰ ਇੱਥੇ ਇੱਕ ਜਿੱਦਾਂ ਕਹਿੰਦੇ ਹੁੰਦੇ ਆ, ਅਸੀਂ ਕਾਲਜ ਜਦੋਂ ਸ਼ੁਰੂ ਕੀਤਾ, ਆਪਣੇ ਸਾਰੇ ਪੰਜਾਬੀ ਦਾ ਡ੍ਰੀਮ ਹੁੰਦਾ ਕਿ ਬਿਜ਼ਨਸ ਲੈਣਾ ਜੀ। ਅਤੇ ਮੇਰਾ ਫਰੈਂਡ ਇੱਕ ਪੀਜ਼ੇ ਦਾ ਬਿਜ਼ਨਸ ਦੇ ਵਿੱਚ ਸੀਗਾ। ਅੱਛਾ ਜੀ। ਅਤੇ ਉਹਨੇ ਸਾਨੂੰ ਰੈਫਰ ਕੀਤਾ ਇੱਥੇ Mike's Pizza. Very famous in California. We just tried some yesterday. It's delicious. Yeah, that's good to hear. Yeah. ਅਸੀਂ ਜੀ, ਸੋ ਪਹਿਲਾ ਪੀਜ਼ਾ ਇੱਥੇ ਇਸੇ ਸਿਟੀ ਦੇ ਨਾਲ ਪੈਂਦਾ ਹੈ, ਰੋਨਟ ਪਾਰਕ। ਅਤੇ ਸਾਨੂੰ ਉੱਥੇ ਬਿਜ਼ਨਸ ਓਪਰਚੁਨਿਟੀ ਮਿਲੀ ਸੀਗੀ ਅਤੇ ਉਦੋਂ ਅਸੀਂ ਸ਼ੁਰੂ ਕੀਤਾ ਇੱਕ ਰੈਸਟੋਰੈਂਟ ਦੇ ਨਾਲ, ਅਤੇ ਫਿਰ ਇੱਕ ਤੋਂ ਬਾਅਦ ਦੋ, ਫਿਰ ਹੌਲੀ ਹੌਲੀ ਵੱਧ ਗਏ, ਵੱਧਦੇ ਰਹੇ ਜੀ। ਹੁਣ ਸਾਡਾ ਬਿਜ਼ਨਸ ਹੈਗਾ ਸਰ ਪੂਰੇ ਨੌਰਥ ਬੇ ਦੇ ਵਿੱਚ, ਵੈਰੀ ਨਾਈਸ। 5 ਕਾਉਂਟੀਜ਼ ਜਿਹੜੀਆਂ, ਮਰਿਨ, ਸੋਨੋਮਾ, ਮੈਂਡਸੀਨੋ, ਹੰਬੋਲਟ ਅਤੇ ਨੈਪਾ ਕਾਉਂਟੀ ਦੇ ਵਿੱਚ ਅਸੀਂ ਮਾਈਕਸ ਪੀਜ਼ਾ ਦੀ ਡਿਵੈਲਪਮੈਂਟ ਏਜੰਟ ਹਾਂ ਫੋਰ ਮਾਈਕਸ ਪੀਜ਼ਾ। ਅਤੇ ਫਿਰ ਇਸ ਕਰਕੇ ਫਿਰ ਸਾਨੂੰ ਇਸ ਕਮਿਊਨਿਟੀ ਦੇ ਵਿੱਚ ਸਭ ਤੋਂ ਮੈਨੂੰ ਖੁਸ਼ੀ ਹੁੰਦੀ ਹੈ ਕਿ ਸਾਡੀ ਪੂਰੀ ਫੈਮਿਲੀ ਇਨਵੋਲਵਡ ਹੈ। ਮੇਰੀ ਵਾਈਫ ਵੀ ਬਿਜ਼ਨਸ ਦੇ ਵਿੱਚ ਕਾਫੀ ਮਿਹਨਤ ਸਾਨੂੰ ਸਾਰਿਆਂ ਨੂੰ ਇਕੱਠੀ ਕਰਨੀ ਪੈਂਦੀ ਹੈ, ਅਤੇ ਇਸ ਕਰਕੇ ਹੁਣ ਯੂਨੋ ਜਦੋਂ ਅਸੀਂ ਇਸ ਬਿਜ਼ਨਸ ਦੇ ਵਿੱਚ ਰੈਸਟੋਰੈਂਟ ਦਾ ਕਰਕੇ, ਸਾਡੀ ਕਮਿਊਨਿਟੀ ਦੇ ਵਿੱਚ ਇਨਵੋਲਵਮੈਂਟ ਬਹੁਤ ਜ਼ਰੂਰੀ ਹੈ। ਅਤੇ ਇਸੇ ਆਪਣੀ ਪੰਜਾਬੀ ਕਮਿਊਨਿਟੀ ਵੀ ਹੈ ਜਿਹੜੀ ਪਹਿਲਾਂ ਗੱਲ ਕਰ ਰਹੇ ਸੀਗੇ ਤੁਸੀਂ ਦੋਵੇਂ ਲੋਕਲ ਲੀਡਰਸ, ਕਿ ਫਾਈਨਲੀ ਹੁਣ ਇਸ ਗੁਰਦੁਆਰਾ ਸਾਹਿਬ ਬਣ ਰਿਹਾ ਇਸ ਸਾਲ, ਅਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਅਸੀਂ ਸਾਡੇ ਜਦੋਂ ਗੁਰਦੁਆਰਾ ਸਾਹਿਬ ਫਿਨਿਸ਼ ਹੋਏਗਾ, ਮੈਨੂੰ ਲੱਗਦਾ ਕਿ ਹੋਰ ਵੀ ਇੱਥੇ ਕਮਿਊਨਿਟੀ ਵਧੇਗੀ ਜੀ ਜੀ, ਕਿਉਂਕਿ ਇਹ ਇੱਕ ਜ਼ਰੂਰਤ ਹੀ ਹੈ ਆਪਣੀ ਕਮਿਊਨਿਟੀ ਦੀ ਗੈਦਰਿੰਗ ਪਲੇਸ ਲਈ। ਸੋ ਵੀ ਆਰ ਐਕਸਾਈਟਡ ਅਬਾਊਟ ਦੈਟ। ਤੇ ਰਣਜੀਤ ਜੀ, ਤੁਸੀਂ ਤੁਹਾਡੀ ਬੈਕਗ੍ਰਾਉਂਡ ਜਲੰਧਰ ਤੋਂ ਹੈਗੀ, ਬਟ ਤੁਹਾਨੂੰ ਤੁਸੀਂ ਇੱਥੇ ਬਿਜ਼ਨਸ ਵਿੱਚ ਵੀ ਇਨਵੋਲਵ ਹਨ ਅਤੇ ਤੁਹਾਡੀ ਫੈਮਿਲੀ ਵੀ ਇੱਥੇ ਤੁਸੀਂ ਰੇਜ਼ ਕਰ ਰਹੇ ਹੋ, ਕਿਸ ਤਰ੍ਹਾਂ ਦਾ ਮਾਹੌਲ ਲੱਗਦਾ ਇੱਥੇ ਤੁਹਾਨੂੰ? ਇੱਥੇ ਆਈ ਮੀਨ ਸਪੈਸ਼ਲੀ ਐਜ਼ ਜੇ ਆਪਾਂ ਪੰਜਾਬੀ ਦੀ ਗੱਲ ਕਰੀਏ, ਸਾਡੀ ਛੋਟੀ ਕਮਿਊਨਿਟੀ ਹੈ, ਬਹੁਤ ਇੱਕ ਦੂਜੇ ਨੂੰ ਸਾਰੇ ਪਿਆਰ ਕਰਦੇ ਆ, ਕਜ਼ਨਸ, ਯੂ ਨੋ, ਫੈਮਲੀ, ਦੇ ਆਰ ਆਲ ਵੈਰੀ ਚੰਗੀ ਤਰ੍ਹਾਂ ਇੱਕ ਦੂਜੇ ਨਾਲ ਰਹਿੰਦੇ ਆ, ਪਲੇ ਕਰਦੇ ਆ। ਅਤੇ ਬਟ ਐਜ਼ ਫਾਰ ਐਜ਼ ਯੂ ਨੋ ਵੱਡਿਆਂ ਦੀ ਗੱਲ, ਯੂ ਨੋ, ਕੋਈ ਜੈਲਸੀ ਵਾਲਾ ਨਹੀਂ ਹੈ ਕੋਈ ਇਸ਼ੂ, ਜੋ ਕੋਈ ਸਕਸੈਸ ਆ ਦੇ ਆਲ ਐਪਰੀਸ਼ੀਏਟ ਐਂਡ ਲਵ ਦੈਟ। ਸੋ ਐਜ਼ ਯੂ ਨੋ ਆਈ ਥਿੰਕ ਹੋਰ ਯੂ ਨੋ ਕੀ ਚਾਹੀਦਾ ਹੈ, ਜੇ ਤੁਸੀਂ ਵਧੀਆ ਕੰਮ ਕਰਦੇ ਹਾਂ ਤਾਂ ਤੁਹਾਡੇ ਜਿਹੜੇ ਭੈਣ ਭਰਾ ਉਹ ਵੀ ਖੁਸ਼ ਹੁੰਦੇ ਦੇਖ ਕੇ। ਐਂਡ ਜਦੋਂ ਭੈਣ ਭਰਾਵਾਂ ਦੀ ਗੱਲ ਆਉਂਦੀ ਹੈ, ਯੋਰ ਬ੍ਰਦਰ ਇਜ਼ ਇਨ ਦ ਲਾਈਵ ਆਡੀਅੰਸ ਵਿਦ ਅਸ ਟੂਡੇ, ਜਤਿੰਦਰ ਚਾਂਦੀ। ਜਤਿੰਦਰ ਜੀ, ਥੋੜ੍ਹਾ ਜਿਹਾ ਸਾਨੂੰ ਦੱਸੋ ਕਿਸ ਤਰ੍ਹਾਂ ਦਾ ਮਾਹੌਲ, ਤੁਸੀਂ ਇੰਨੀ ਕਲੋਜ਼ਲੀ ਫੈਮਿਲੀ ਨਾਲ ਕੰਮ ਵੀ ਕਰਦੇ ਹੋ, ਰਹਿੰਦੇ ਵੀ ਹੋ, ਕਿਸ ਤਰ੍ਹਾਂ ਦਾ ਮਾਹੌਲ ਲੱਗਦਾ ਜੋ ਤੁਸੀਂ ਲੋਕਾਂ ਨਾਲ ਸ਼ੇਅਰ ਕਰਨਾ ਚਾਹੋ? ਇੱਕ ਜੀ ਇੱਕ ਗੱਲ ਕਹਿਣ ਦੀ ਗੱਲ ਹੈ ਨਾ, ਤੁਹਾਡੇ ਹੈ ਨਾ ਬਿਜ਼ਨਸ 'ਚ ਸਦਾ ਕੁਛ ਨਾ ਕੁਛ ਆਉਂਦਾ, ਬ੍ਰਦਰ ਜੋ ਰਾਤ ਗਈ ਬਾਤ ਗਈ, ਉਹ ਸਾਡੀ ਕਹਾਣੀ ਬੜੀ ਵਧੀਆ ਵਾ। ਰਾਤੀ ਤੁਹਾਡਾ ਜੋ ਆਇਆ ਸਵੇਰ ਨੂੰ ਭੁੱਲੋ, ਸਵੇਰੇ ਨਵੀਂ ਸਟਾਰਟ ਆ, ਉਹ ਕਈ ਵਾਰੀ ਫੈਮਲੀਆਂ 'ਚ ਹੁੰਦਾ ਵਾ, ਉਹਨੂੰ ਕਿੱਦਾਂ ਓਵਰਕਮ ਕਰਨਾ ਵਾ ਬਿਜ਼ਨਸ 'ਚ ਵੀ ਤੁਸੀਂ, ਨਹੀਂ ਤਾਂ ਲੋਕ ਇੱਥੇ ਕਈ ਅਮੈਰੀਕਨ ਕਹਿੰਦੇ ਤੁਸੀਂ ਭਰਾ ਤਿੰਨ ਕਿੱਦਾਂ ਇਕੱਠੇ ਬਿਜ਼ਨਸ ਕਰਦੇ? ਮੈਂ ਕਿਹਾ ਅਸੀਂ ਕਰਦੇ ਕਿਉਂਕਿ ਜੋ ਸਾਡਾ ਹੋਇਆ ਉਹ ਤੋਂ ਓਵਰਕਮ ਕਿੱਦਾਂ ਕਰਕੇ ਨੈਕਸਟ ਡੇ ਕੀ ਕਰਨਾ। ਸੋ ਨਹੀਂ, ਇਹ ਗੱਲ ਤਾਂ ਸਾਡੀ ਕਮਿਊਨਿਟੀ ਨੂੰ ਡੈਫੀਨੇਟਲੀ ਸਿੱਖਣੀ ਚਾਹੀਦੀ ਹੈ ਆਊਟਸਾਈਡ ਆਫ ਸੈਂਟਾ ਰੋਜ਼ਾ। ਇਹ ਬੜੀ ਵੱਡੀ ਗੱਲ ਤੁਸੀਂ ਕਹੀਏ। ਤੁਹਾਡੇ ਨਾਲ ਬੈਠੇ ਹਨ ਇੱਕ ਆਡੀਅੰਸ ਮੈਂਬਰ, ਤੁਸੀਂ ਵੀ ਕੁਝ ਕਮੈਂਟ ਦੇਣਾ ਚਾਹੋਗੇ? ਮੇਰਾ ਨਾਮ ਸਤਨਾਮ ਸਿੰਘ ਆ ਜੀ। ਰਹੀ ਗੱਲ ਸੈਂਟਾ ਰੋਜ਼ਾ ਦੀ, ਆਹ ਕਮਿਊਨਿਟੀ ਮੇਰੇ ਵਾਸਤੇ ਬਹੁਤ ਸਪੈਸ਼ਲ ਆ। ਕਿੰਨੀ ਦੇਰ ਤੋਂ ਰਹਿ ਰਹੇ ਹੋ ਉੱਥੇ? ਮੈਂ ਇੱਥੇ 22 ਈਅਰਸ ਦਾ ਰਹਿ ਰਿਹਾ, ਸੋ ਆਮ 26 ਰਾਈਟ ਨਾਓ। ਸੋ ਆਈ ਵਾਜ਼ ਬੋਰਨ ਹੇਅਰ ਬਟ ਮੈਂ ਇੱਥੇ ਰੇਜ਼ਡ ਹੋਇਆ। ਸੋ ਆਹ ਕਮਿਊਨਿਟੀ ਮੇਰੇ ਵਾਸਤੇ ਹਮੇਸ਼ਾ ਬਹੁਤ ਸਪੈਸ਼ਲ ਰਹੀ, ਬਿਕਾਜ਼ I've lived in other parts of California, ji, studied in other parts of California, ji, but kadi aga la community ch kado punjabi kado katte hunde a, edda koi vi California jagah nahi hai kada itthe katte hunde a, asi kithe vi jane ronak leke aane a, te ek aini ladavi, there's a lot of families here, yeah. But it's always a
in very close involvement between all the community. As Kedar mentioned Kedar earlier, that this event here, Chedin Palas and Bajaladi are Sare Tiagaya. So, So, our Sadi community, and it looks very much likely we Adi Rogi. ਤੇ ਕਿੱਦਾਂ ਮੇਰੇ ਵਾਲੇ ਕਦੇ ਨੈਕਸਟ ਜਨਰੇਸ਼ਨ ਆਓਗੇ ਸਾਡੀ ਵੀ ਉਨਾ ਹੀ ਕੋਸ਼ਿਸ਼ ਰਹੂਗੀ ਵੀ ਕਿੱਦਾਂ ਸਾਡੇ ਪਹਿਲਾਂ ਐਲਡਰਸ ਆਏ ਦੀ ਕਦੇ ਉਹ ਸੁਪਨੇ ਲੈ ਕੇ ਆਏ ਦੀ ਕਦੇ ਵੀ ਉਹ ਐਸਪੀਰੇਸ਼ਨਸ ਲੈ ਕੇ ਆਏ ਦੀ ਇੱਥੇ ਰਹਿਣ ਵਾਸਤੇ ਵੀ ਅਸੀਂ ਵੀ ਉਹੀ ਕੰਟੀਨਿਊ ਕਰ ਸਕੀਏ ਵੈਰੀ ਨਾਈਸ ਸੋਨੂ ਜੀ ਤੁਸੀਂ ਫੈਮਿਲੀ ਇੱਥੇ ਤੁਹਾਡੀ ਵੱਸਦੀ ਹੈ ਤੁਹਾਡੇ ਬੱਚੇ ਇੱਥੇ ਬੜੇ ਹੋ ਰਹੇ ਪੜ੍ਹ ਰਹੇ ਸਾਡੀ ਇੱਕ ਕਮਿਊਨਿਟੀ ਦੀ ਹਮੇਸ਼ਾ ਇਹ ਉਮੀਦ ਹੁੰਦੀ ਹੈ ਕਿ ਜੋ ਸਾਡੀ ਅਗਲੀ ਪੀੜ੍ਹੀ ਹੋਏ ਉਹ ਕਲਚਰ ਨਾਲ ਵਿਰਸੇ ਨਾਲ ਜੁੜ ਕੇ ਗਰੋ ਅਪ ਹੋਏ ਅਤੇ ਤੁਹਾਨੂੰ ਇਸ ਗੱਲ ਨਾਲ ਸਹਿਮਤੀ ਕਿ ਇੱਥੇ ਤੁਹਾਡੇ ਬੱਚੇ ਪੰਜਾਬੀਅਤ ਨਾਲ ਗਰੋ ਅਪ ਹੋ ਰਹੇ ਹਨ ਹਾਂਜੀ ਜ਼ਰੂਰ ਜੀ ਬਿਲਕੁਲ ਅਸੀਂ ਆਪ ਕਈ ਵਾਰੀ ਹੁਣ ਜਦੋਂ ਅਸੀਂ ਪਹਿਲਾਂ ਆਏ ਸੀਗੇ ਸਾਨੂੰ ਉਦੋਂ ਜ਼ੋਰ ਹੁੰਦਾ ਸੀ ਕਿ ਇੰਗਲਿਸ਼ ਸਿੱਖਣੀ ਆ ਅਤੇ ਘਰ 'ਚ ਕਹਿਣਾ ਵੀ ਸਾਰਿਆਂ ਨੇ ਇੰਗਲਿਸ਼ ਬੋਲੋ ਇੱਕ ਦੂਜੇ ਨਾਲ ਅਤੇ ਸਿੱਖੋ ਪਰ ਹੁਣ ਜਿਹੜਾ ਟਾਈਮ ਆ ਗਿਆ ਹੁਣ ਦੂਜਾ ਹੋ ਗਿਆ ਅਸੀਂ ਬੱਚਿਆਂ ਨੂੰ ਕਹੀਦਾ ਹੈ ਕਿ ਘਰ ਤੁਸੀਂ ਇੰਗਲਿਸ਼ ਨਹੀਂ ਬੋਲ ਸਕਦੇ ਹੈ ਨਾ ਫਿਰ ਉਹ ਜ਼ਰੂਰੀ ਆ ਕਿਉਂਕਿ ਸਾਨੂੰ ਮੇਰਾ ਬੱਚਾ ਪੰਜਾਬੀ ਸੌਂਗ ਸੁਣਦਾ ਵੀ ਹੈ ਅਤੇ ਗਾਉਂਦਾ ਵੀ ਹੈ ਅਤੇ ਕਿੰਨੀ ਉਮਰ ਹੈ ਉਹਦੀ 7 ਸਾਲ ਹੈ ਸੋ ਆਈ ਫੀਲ ਪ੍ਰਾਊਡ ਕਿ ਅਸੀਂ ਆਪਣਾ ਕਲਚਰ ਭੁੱਲਣਾ ਨਹੀਂ ਚਾਹੁੰਦੇ ਜਿੱਥੋਂ ਆਏ ਸੀਗੇ ਮੈਂ ਹਜੇ ਵੀ ਪੰਜਾਬੀ ਦੀ ਨਿਊਜ਼ ਪੇਪਰ ਪੜ੍ਹਦਾ ਰਹਿੰਦਾ ਕਿਉਂਕਿ ਮੈਨੂੰ ਲੱਗਦਾ ਕਿ ਜੇ ਨਾ ਪੜ੍ਹੇ ਤਾਂ ਭੁੱਲ ਜਾਣਾ ਅਤੇ ਪੰਜਾਬੀ ਹੈ ਜਾਂ ਹਿੰਦੀ ਆ ਪਰ ਪੰਜਾਬੀ ਦਾ ਸਦਾ ਸਾਡੇ ਜਿੱਥੋਂ ਅਸੀਂ ਜੰਮੇ ਪੜ੍ਹੇ ਪਿਛੋਕੜ ਕਿੱਥੋਂ ਪਿਛੋ ਅਸੀਂ ਜਲੰਧਰ ਦੇ ਲਾਗੇ ਸਾਡਾ ਪਿੰਡ ਹੈ ਮਲਸੀਆਂ ਹਾਂਜੀ ਅਸੀਂ ਕਿਉਂਕਿ ਬਿਜ਼ਨਸ ਦੇ ਵਿੱਚ ਇੰਨਾ ਇੱਥੇ ਬਿਜ਼ੀ ਹਾਂ ਪਿੱਛੇ ਜਾ ਨਹੀਂ ਇੰਨਾ ਹੁੰਦਾ ਪਰ ਪਿਛਲੇ ਇਸੇ ਸਾਲ ਅਸੀਂ 8 ਸਾਲ ਬਾਅਦ ਗਏ ਸੀਗੇ ਅਤੇ ਸੈਲੀਬ੍ਰੇਟ ਕੀਤੀ ਲੋਹੜੀ ਬੱਚਿਆਂ ਦੀ ਸਾਰੇ ਇਕੱਠੇ ਬਹੁਤ ਖੁਸ਼ੀ ਹੋਈ ਪੰਜਾਬ 'ਚ ਜਿਹੜੀ ਐਕਸਟੈਂਡਡ ਫੈਮਿਲੀਜ਼ ਨੂੰ ਮਿਲ ਕੇ ਪਰ ਮੈਂ ਇੱਕ ਗੱਲ ਜ਼ਰੂਰ ਹੈਗੀ ਆ ਕਿ ਆਪਾਂ ਅਮੈਰੀਕਾ ਦੇ ਵਿੱਚ ਬਹੁਤ ਵਧੀਆ ਤਰ੍ਹਾਂ ਕਲਚਰ ਬਣਾਇਆ ਹੋਇਆ ਜਿਹੜੀਆਂ ਚੀਜ਼ਾਂ ਇੱਥੇ ਆਪਾਂ ਕਰ ਰਹੇ ਹਾਂ ਨਾ ਅੱਜ ਕੱਲ੍ਹ ਉਹ ਉਹ ਲੋਕ ਇੱਥੇ ਪੰਜਾਬ 'ਚ ਨਹੀਂ ਹੋ ਰਹੀਆਂ ਜੇ ਆਪਾਂ ਵਿਆਹ ਸ਼ਾਦੀਆਂ ਇੱਕ ਐਗਜ਼ਾਮਪਲ ਮੈਂ ਦੇਖੀ ਸਾਡੇ ਫੈਮਿਲੀ ਦੇ ਵਿੱਚ ਹੀ ਵਿਆਹ ਸੀਗਾ ਤੇ ਬਿਲਕੁਲ ਥੋੜੇ ਜਿਹੇ ਜਦੋਂ ਫੇਰੇ ਹੋ ਰਹੇ ਸੀਗੇ ਬਿਲਕੁਲ ਥੋੜੇ ਜਿਹੇ ਲੋਕ ਇਕੱਠੇ ਹੋਏ ਤੇ ਮੈਨੂੰ ਅਸੀਂ ਗੱਲਾਂ ਕਰ ਰਹੇ ਕਿ ਜਦੋਂ ਸਾਡੇ ਉੱਥੇ ਵਿਆਹ ਹੁੰਦਾ ਹੁਣ ਇਹ ਪਿਛਲੇ ਸਾਲ 3-4 ਸਾਡੇ ਹੋਏ ਆ ਵਿਆਹ ਇੱਥੇ ਸੈਂਟਰ ਰੋਜ਼ਾ ਦੇ ਵਿੱਚ ਤੇ 200-300 ਬੰਦਾ ਜ਼ਰੂਰ ਪਹੁੰਚਦਾ ਹੈ ਤੇ ਆਈ ਵਾਸ ਸਰਪ੍ਰਾਈਜ਼ ਕਿ ਇੰਡੀਆ ਦੇ ਵਿੱਚ ਬਹੁਤ ਆਪਣਾ ਕਲਚਰ ਜਿਹੜਾ ਹੈ ਸੋ ਆਈ ਐਮ ਐਕਸਾਈਟਿਡ ਕਿ ਆਪਾਂ ਉਹ ਕਲਚਰ ਨੂੰ ਇੱਥੇ ਬਣਾ ਕੇ ਰੱਖ ਰਹੇ ਹਾਂ ਤੇ ਜਦੋਂ ਕਲਚਰ ਦੀ ਗੱਲ ਆਉਂਦੀ ਹੈ ਸਿਰਫ ਸਾਡਾ ਕਲਚਰ ਆਪਣੀ ਕਮਿਊਨਿਟੀ ਵਿੱਚ ਨਹੀਂ ਸਾਨੂੰ ਸ਼ੇਅਰ ਕਰਨ ਦੀ ਲੋੜ ਬਟ ਦੂਜੀਆਂ ਕਮਿਊਨਿਟੀ ਨਾਲ ਵੀ ਸ਼ੇਅਰ ਕਰਨੀ ਸੋ ਤੁਸੀਂ ਇੱਥੇ ਦੀ ਜੋ ਅਮੈਰੀਕਨ ਕਮਿਊਨਿਟੀ ਹੈ ਜਾਂ ਭਾਵੇਂ ਅਮੈਰੀਕਨ ਪੋਲੀਟਿਕਸ ਕਹਿ ਲਓ ਉਹਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕਿ ਸਾਡੀ ਕਮਿਊਨਿਟੀ ਇਸ ਸੈਂਟਾ ਰੋਜ਼ਾ ਏਰੀਆ ਵਿੱਚ ਕੀ ਕੁਛ ਕਰ ਰਹੀ ਹੈ ਹਾਂਜੀ ਆਈ ਥਿੰਕ ਆਪਣੀ ਕਮਿਊਨਿਟੀ ਜਦੋਂ ਸਭ ਤੋਂ ਮੇਨ ਗੱਲ ਹੈ ਕਿ ਅਸੀਂ ਲੋਕ ਮਿਹਨਤ ਨਾਲ ਬਿਜ਼ੀ ਹੋ ਜਾਂਦੇ ਹੈ ਨਾ ਅਸ ਕਹਿਣਾ ਕਿ ਸਾਨੂੰ ਅਸੀਂ ਬਿਜ਼ਨਸ ਦੇਖੀਏ ਜਾਂ ਜੇ ਜੋਬ ਹੈ ਆਪਣੀ ਜੋਬ ਦੇਖੀਏ ਪਰ ਮੈਂ ਕਹੂੰਗਾ ਕਿ ਮੈਂ ਪਿਛਲੇ 3-4 ਸਾਲ ਤੋਂ ਲੋਕ ਇੰਟਰਸਟ ਲੈ ਰਿਹਾ ਮੇਰੀ ਫੈਮਿਲੀ ਨਾਲ ਕਿ ਲੋਕਲ ਪੋਲੀਟਿਕਸ ਨੂੰ ਲਰਨ ਕਰੀਏ ਜਦੋਂ ਮੈਜਰਸ ਆਉਂਦੇ ਆ ਉਹਨਾਂ ਦਾ ਕੀ ਮਤਲਬ ਕੀ ਹੈ ਅੰਡਰਸਟੈਂਡਿੰਗ ਸਾਡੀ ਹੋਣੀ ਜ਼ਰੂਰੀ ਹੈ ਜੇ ਤੁਸੀਂ ਕਮਿਊਨਿਟੀ ਦੇ ਵਿੱਚ ਕੱਲ੍ਹ ਨੂੰ ਆਪਣਾ ਇੰਪਰੂਵ ਕਰਨਾ ਚਾਹੁੰਦੇ ਹਾਂ ਜਾਂ ਤੁਹਾਡੀ ਕਮਿਊਨਿਟੀ ਨੂੰ ਲੀਡਰਸ਼ਿਪ ਲੈਣਾ ਚਾਹੁੰਦੀ ਹੈ ਸੋ ਉਸ ਚੀਜ਼ ਦੇ ਵਿੱਚ ਆਈ ਥਿੰਕ ਸਾਡੀ ਹੁਣ ਕਮਿਊਨਿਟੀ ਇਨਵੋਲਵ ਹੋ ਰਹੀ ਹੈ ਕਿਉਂਕਿ ਨਾਓ ਵਰ ਗੈਟਿੰਗ ਇਨਫ ਫੈਮਿਲੀਜ਼ ਜਿਹੜੀ ਗੱਲ ਹੋ ਰਹੀ ਸੀ ਅੱਗੇ ਦੱਸ ਰਹੇ ਕਿ ਇੱਕ ਫੈਮਿਲੀ ਹੁੰਦੀ ਸੀ ਜਦੋਂ ਪਹਿਲਾਂ ਆਏ ਤੇ ਹੁਣ ਵੱਧ ਰਹੀਆਂ ਫੈਮਿਲੀਆਂ ਸੋ ਆਈ ਥਿੰਕ ਵੋਟਿੰਗ ਬਲੌਕ ਵੱਧ ਰਹੇ ਹਾਂਜੀ ਹਾਂਜੀ ਕਲੈਕਟਿਵ ਵੌਇਸ ਆਈ ਥਿੰਕ ਇਟਸ ਇੰਪੋਰਟੈਂਟ ਕਿ ਲੋਕਲ ਪੋਲਿਟਿਕਸ ਦੇ ਵਿੱਚ ਇਨਵੋਲਵ ਹੋਈਏ ਫਿਰ ਬੰਦੇ ਨੂੰ ਪਤਾ ਰਹਿੰਦਾ ਕਿ ਕੀ ਹੋ ਰਿਹਾ ਜੀ ਵੈਰੀ ਨਾਈਸ ਵੈਲ ਤੁਹਾਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ ਤੇ ਥੋੜੀ ਜਿਹੀ ਲਾਈਵ ਆਡੀਅੰਸ ਨਾਲ ਵੀ ਗੱਲ ਕਰਕੇ ਵਧੀਆ ਲੱਗਿਆ ਇੱਥੇ ਆਪਾਂ ਰੁਕਦੇ ਇੱਕ ਛੋਟੀ ਜਿਹੀ ਬ੍ਰੇਕ ਲਈ ਤੁਸੀਂ ਕਿੱਥੇ ਨਾ ਜਾਓ ਵੀ ਬੈਕ ਆਫਟਰ ਦ ਬ੍ਰੇਕ
ਆਡੀਅੰਸ ਨੂੰ ਦੱਸਣਾ ਚਾਹਾਂਗੀ ਅੱਜ ਪ੍ਰੋਗਰਾਮ ਥੋੜ੍ਹਾ ਜਿਹਾ ਆਪਾਂ ਐਕਸਟੈਂਡ ਕਰ ਰਹੇ ਹਾਂ ਬਿਕੋਜ਼ ਪਹੁੰਚੀ ਹੈ ਸਾਡੀ ਟੀਮ ਸੈਨ ਸਰਵੋਜ਼ਾ ਕੈਲੀਫੋਰਨੀਆ ਦੇ ਵਿੱਚ ਅਤੇ ਸਾਡੀ ਗੱਲਾਂ ਅਜੇ ਇਸ ਕਮਿਊਨਿਟੀ ਨਾਲ ਨਹੀਂ ਮੁੱਕੀਆਂ ਅਤੇ ਤੁਸੀਂ ਵੀ ਇੰਜੋਏ ਕਰ ਸਕਦੇ ਹੋ. ਮੈਨੂੰ ਹੁਣ ਜੁਆਇਨ ਕਰ ਰਹੇ ਸੁੱਖੀ ਚਾਲ, ਚੇਅਰਮੈਨ ਆਫ ਪੰਜਾਬ ਫਾਊਂਡੇਸ਼ਨ, ਅਤੇ ਸੀਮਾ ਜੀ ਇਜ਼ ਬੈਕ ਵਿਦ ਅਸ ਔਨ ਦ ਪੈਨਲ, ਅਤੇ ਆਡੀਅੰਸ ਤੋਂ ਵੀ ਸੁਣਾਂਗੇ ਉਹਨਾਂ ਦੇ ਵਿਚਾਰ. ਬਟ ਸਭ ਤੋਂ ਪਹਿਲੇ ਸੁੱਖੀ ਜੀ, ਤੁਸੀਂ ਕਮਿਊਨਿਟੀ ਵਿੱਚ ਹਮੇਸ਼ਾ ਇਨਵੋਲਵਮੈਂਟ ਰੱਖੀ ਹੈ, ਯੂਨਾਈਟਿਡ ਸਟੇਟਸ ਵਿੱਚ ਭਾਵੇਂ ਉਹ ਇੰਡੀਆ ਹੋਏ, ਬਟ ਪਰਟੀਕੁਲਰਲੀ ਸੈਂਟਾ ਰੋਜ਼ਾ ਦੀ ਕਮਿਊਨਿਟੀ ਵਿੱਚ ਤੁਹਾਡੀ ਕਿਸ ਤਰ੍ਹਾਂ ਦੀ ਇਨਵੋਲਵਮੈਂਟ ਹੈਗੀ? ਨਹੀਂ, ਵੈਸੇ ਤਾਂ ਜਿਹੜੀ ਸੈਂਟਾ ਰੋਜ਼ਾ ਦੀ ਕਮਿਊਨਿਟੀ ਹੈਗੀ ਹੈ, ਜਿਸ ਤਰ੍ਹਾਂ ਸਾਰੇ ਪਹਿਲੇ ਜਿੰਨੇ ਵੀ ਆਡੀਅੰਸ ਵਿੱਚ ਵੀ ਤੁਸੀਂ ਕੁਐਸਚਨ ਪੁੱਛੇ ਹੈਗੇ ਨੇ, ਬੜੀ ਪਿਆਰੀ ਕਮਿਊਨਿਟੀ ਹੈਗੀ ਹੈ, ਮਿਹਨਤੀ ਕਮਿਊਨਿਟੀ ਹੈਗੀ ਹੈ, ਲੋਕ ਬਹੁਤ ਅੱਛੇ ਹੈਗੇ ਨੇ, ਮਿਲਣਸਾਰ ਹੈਗੇ ਨੇ. ਜਿਸ ਤਰ੍ਹਾਂ ਪਹਿਲਾਂ ਕਿਹਾ ਹੈਗਾ ਵੀ ਆਪਸੀ ਭਾਈਚਾਰਾ ਬਹੁਤ ਹੈਗਾ ਇਸ ਕਮਿਊਨਿਟੀ ਦੇ ਵਿੱਚ. ਔਰ ਦੂਜੀ ਗੱਲ ਇਸੇ ਕਰਕੇ, ਅਤੇ ਫਿਰ ਜਦੋਂ ਪਿੱਛੇ ਇੱਥੇ ਇੱਕ ਬਹੁਤ ਵੱਡੀ ਟ੍ਰੈਜਡੀ ਹੋਈ ਹੈਗੀ ਸੀ, ਇੱਥੇ ਅੱਗਾਂ ਲੱਗੀਆਂ ਹੈਗੀਆਂ ਸੀਗੀਆਂ, ਉਹ ਅੱਗਾਂ ਲੱਗਣ ਦੇ ਦੌਰਾਨ ਈਵਨ ਕਿ ਇਸ ਕਮਿਊਨਿਟੀ ਦੇ ਬਾਕੀ ਪੰਜਾਬੀ ਕਮਿਊਨਿਟੀ ਨੇ ਵੀ ਥਰੂ ਆਊਟ ਜਿੱਥੇ ਵੀ ਜਿੰਨੇ ਕੋਈ ਹੋ ਸਕਦਾ ਸੀ ਉਹਨਾਂ ਨੇ ਜਿੰਨੀ ਕੁ ਹੈਲਪ ਹੋ ਸਕਦੀ ਹੈਗੀ ਸੀ ਇੱਥੇ ਕਰੀ ਹੈਗੀ ਸੀ. ਉਹ ਤਾਂ ਕਰਕੇ ਵੀ ਸਾਰਾ ਉਹ ਆਪਾਂ ਉਸੇ ਕਮਿਊਨਿਟੀ ਦੇ ਉੱਥੇ ਜਾਂਦੇ ਹੈਗੇ ਜਿੱਥੇ ਸੇਵਾ ਕਰਾਉਣ ਦੇ ਕਈ ਵਾਰੀ ਕਾਬਲ ਵੀ ਹੁੰਦੇ ਹੈਗੇ ਨੇ. ਇਹ ਲੋਕ ਹਮੇਸ਼ਾ ਐਕਸੈਪਟ ਕਰਦੇ ਹੈਗੇ ਨੇ, ਉਹਨਾਂ ਨੂੰ ਮਿਲਦੇ ਹੈਗੇ ਨੇ, ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਜਿੰਨੇ ਵੀ ਪ੍ਰੋਮੀਨੈਂਟ ਬੰਦੇ ਬੈਠੇ ਹੈਗੇ ਨੇ ਮਿਲਦੇ ਹੈਗੇ ਨੇ. ਇਸ ਕਰਕੇ ਵੀ ਮੇਰਾ ਵੀ ਹੈਗਾ ਸੀ ਵੀ ਜਦੋਂ ਉੱਥੇ ਆਏ ਹੈਗੇ ਸੀ ਅਸੀਂ ਇੰਡੀਅਨ ਕੌਂਸਲ ਜਨਰਲ ਨੂੰ ਮੈਂ ਇੱਥੇ ਲੈ ਕੇ ਆਇਆ ਹੈਗਾ ਸੀਗਾ, ਸਾਰੀ ਕਮਿਊਨਿਟੀ ਨੇ ਉਹਨਾਂ ਨੂੰ ਆਨਰ ਕਰਿਆ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ. ਉਸ ਤੋਂ ਬਾਅਦ ਜਿਨ੍ਹਾਂ ਦੇ ਘਰ ਜਲੇ ਹੈਗੇ ਸੀ, ਕੋਈ ਇਸ਼ੂ ਹੈਗਾ ਸੀ ਪਾਸਪੋਰਟ ਦਾ, ਵੀਜ਼ੇ ਵਗੈਰਾ ਦਾ, ਉਹ ਕੰਮ ਕਰਵਾਏ ਹੈਗੇ ਸੀਗੇ. ਇਸ ਕਰਕੇ ਅਸੀਂ ਔਨ ਰਿਕਾਰਡ ਜੇ ਇਹ ਗੱਲ ਕਹਿ ਰਹੇ ਹੈਗੇ ਹਾਂ, ਜਿਹੜੀ ਚੰਗੀ ਗੱਲ ਹੁੰਦੀ ਹੈ ਕਹਿਣੀ ਚਾਹੀਦੀ ਹੈਗੀ ਹੈ. ਅਤੇ ਬਾਕੀ ਇਹ ਕਮਿਊਨਿਟੀ ਹੈਗੀ ਹੈ ਕਲਚਰ ਦੇ ਨਾਲ ਬਹੁਤ ਜੁੜੀ ਹੋਈ ਹੈਗੀ ਹੈ. ਤੁਸੀਂ ਦੇਖੋ ਛੋਟੇ ਛੋਟੇ ਬੱਚੇ ਵੀ ਜਿਹੜੇ ਹੈਗੇ ਨੇ ਪੰਜਾਬੀ ਬੋਲਦੇ ਨੇ. ਸਭ ਤੋਂ ਵੱਡੀ ਗੱਲ ਦੇਖੋ ਸੀਮਾ ਜੀ, ਇੱਥੋਂ ਬੋਰਨ ਹੋ ਕੇ ਇਹ ਦੇਖੋ ਕਿੱਡੀ ਵੱਡੀ ਮਿਸਾਲ ਹੈ ਤੁਹਾਡੇ ਸਾਹਮਣੇ, ਤੁਸੀਂ ਵੀ ਇੱਥੇ ਉਹ ਕਰਕੇ ਤੁਸੀਂ ਕਿੰਨੀ ਸੋਹਣੀ ਪੰਜਾਬੀ ਬੋਲਦੇ ਹੈਗੇ ਆ. ਇਸ ਕਰਕੇ ਪੰਜਾਬੀ ਨੂੰ ਪ੍ਰਮੋਟ ਕਰਨਾ ਵੀ ਸਾਰਿਆਂ ਦਾ ਬਹੁਤ ਅੱਛਾ ਇਹ ਫੈਸਲਾ ਹੈਗਾ ਔਰ ਬਹੁਤ ਅੱਛਾ ਉਪਰਾਲਾ. ਇਸ ਕਰਕੇ ਮੈਨੂੰ ਇਹ ਕਮਿਊਨਿਟੀ ਇਹ ਆਪਣੀ ਕਮਿਊਨਿਟੀ ਲੱਗਦੀ ਹੈ. ਅਤੇ ਜਦੋਂ ਕਮਿਊਨਿਟੀ ਦੀ ਗੱਲ ਆਉਂਦੀ ਹੈ, ਜੋ ਸਾਡੇ ਬਜ਼ੁਰਗ ਇੱਥੇ ਪੁਰਾਣੇ ਤੋਂ ਵੱਸਦੇ ਆ, ਉਹਨਾਂ ਦੇ ਨਾਲ ਮੈਂ ਤੁਹਾਡਾ ਇੰਟਰੋਡਕਸ਼ਨ ਕਰਾਉਣਾ ਚਾਹਾਂਗੀ. ਆਡੀਅੰਸ ਵਿੱਚ ਸਾਨੂੰ ਅੱਜ ਜੁਆਇਨ ਕਰ ਰਹੇ ਹਨ ਮਹਿੰਦਰ ਸਿੰਘ ਗੁਲਾਟੀ ਜੀ. ਗੁਲਾਟੀ ਜੀ 1972 ਤੋਂ ਇੱਥੇ ਵੱਸਦੇ ਆ. ਗੁਲਾਟੀ ਜੀ, ਥੋੜ੍ਹਾ ਦੱਸੋ ਤੁਹਾਡੀ ਕਮਿਊਨਿਟੀ ਬਾਰੇ ਅਤੇ ਸੈਂਟਾ ਰੋਜ਼ਾ ਬਾਰੇ. ਮੈਂ ਐਕਚੁਲੀ ਕੈਲੀਫੋਰਨੀਆ ਦੇ ਵਿੱਚ 1969 'ਚ ਆਇਆ ਸਾ ਜੀ, ਸੋ ਇਟਸ ਏ ਲਿਟਲ ਓਵਰ 50 ਈਅਰਸ. ਪਰ ਸੈਂਟਾ ਰੋਜ਼ਾ ਦੇ ਵਿੱਚ 1972 'ਚ ਆਇਆ ਸਾਂ, ਸੋ ਸੈਂਟਾ ਰੋਜ਼ਾ ਵਿੱਚ ਆਫ ਐਂਡ ਆਨ 30 ਸਾਲ ਤੋਂ ਰਹਿ ਰਿਹਾ. ਬਾਕੀ ਕੁਛ ਅਰਸਾ ਮੈਂ ਸਦਰਨ ਕੈਲੀਫੋਰਨੀਆ ਰਿਹਾ, ਪਰ ਮੈਂ ਪੈਟਰੋਲੀਅਮ ਇੰਜੀਨੀਅਰ ਹਾਂ ਬਾਈ ਟ੍ਰੇਨਿੰਗ. ਸੋ ਮੈਂ ਇੱਥੇ ਆਣ ਕੇ ਮਾਸਟਰ ਅਤੇ ਪੀ ਐੱਚ ਡੀ ਕੀਤੀ ਸੀ, ਫਿਰ ਮੈਂ ਜੋਬ ਕੀਤੀ ਸੀ. ਜੋਬ ਦੇ ਸਿਲਸਿਲੇ 'ਚ ਮੈਂ ਕਾਫੀ ਟਰੈਵਲ ਕੀਤਾ, ਇੰਡੋਨੇਸ਼ੀਆ, ਫਿਲੀਪੀਨਸ, ਯੂ ਐੱਸ ਏ, ਇਟਲੀ. ਅਤੇ ਗੁਲਾਟੀ ਜੀ, ਸੈਂਟਾ ਰੋਜ਼ਾ ਵਿੱਚ ਕੀ ਇਸ ਤਰ੍ਹਾਂ ਦੀ ਚੀਜ਼ ਸੀਗੀ ਜੋ ਤੁਸੀਂ ਇੱਥੇ ਹੀ 70s ਤੋਂ ਵੱਸਦੇ ਆ ਰਹੇ ਹੋ? ਇੱਥੇ ਇੱਕ ਬੜੀ ਯੂਨੀਕ ਚੀਜ਼ ਹੈ ਜੀ ਸੈਂਟਾ ਰੋਜ਼ਾ ਵਿੱਚ, ਜਿਸ ਨੂੰ ਕਹਿੰਦੇ ਨੇ ਗਾਈਜ਼ਰਸ. ਗਾਈਜ਼ਰਸ ਦੇ ਵਿੱਚੋਂ ਸਟੀਮ ਨਿਕਲਦੀ ਹੈ, ਅਤੇ ਜਿਸ ਕੰਪਨੀ ਨਾਲ ਮੈਂ ਕੰਮ ਕਰਦਾ ਸਾਂ ਉਹ ਇਸ ਪ੍ਰਮੋਟ ਕਰਦੀ, ਡਿਵੈਲਪ ਕਰਦੀ ਹੈ ਸਟੀਮ ਫੀਲਡ ਨੂੰ, ਜਿਹਦੇ ਜ਼ਮੀਨ ਦੇ ਵਿੱਚੋਂ ਸਟੀਮ ਕੱਢ ਕੇ ਅਤੇ ਅਸੀਂ ਇਲੈਕਟ੍ਰਿਕ ਕੰਪਨੀ ਨੂੰ ਵੇਚਦੇ ਸਾਂ, ਜਿਹਦਾ ਨਾਮ ਸੀ ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ. ਸੋ ਦੈਟ ਵਾਜ਼ ਮਾਈ ਜੋਬ ਟੂ ਫਾਈਂਡ ਆਊਟ ਹਾਊ ਮੱਚ ਸਟੀਮ ਵੀ ਹੈਵ ਔਨ ਬਿਲੋ ਦਾ ਸਰਫੇਸ. ਇਹੋ ਜਿਹਾ ਪ੍ਰੋਜੈਕਟ ਸਾਡੇ ਓਵਰਸੀਜ਼ ਵੀ ਸਨ. ਸੋ ਉਸ ਸਿਲਸਿਲੇ 'ਚ ਮੈਂ ਪਹਿਲਾਂ ਸੈਂਟਾ ਰੋਜ਼ਾ 'ਚ ਕੰਮ ਕੀਤਾ, ਉਸ ਤੋਂ ਬਾਅਦ ਸਦਰਨ ਕੈਲੀਫੋਰਨੀਆ 'ਚ ਕੰਮ ਕੀਤਾ. ਜੀ ਜੀ. ਅਤੇ ਹੋਰ ਵੀ ਆਡੀਅੰਸ ਮੈਂਬਰ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਗੇ. ਅਤੇ ਤੁਸੀਂ ਸਰ ਅਮਰਜੀਤ, ਹਾਂਜੀ ਅਮਰਜੀਤ ਜੀ, ਹਾਂਜੀ ਪਲੀਜ਼ ਆਪਣੇ ਆਪ ਨੂੰ ਆਡੀਅੰਸ ਦੇ ਨਾਲ ਇੰਟਰੋਡਿਊਸ ਕਰੋ, ਸਾਡੀ ਜੋ ਸਾਨੂੰ ਵੇਖ ਰਹੀ ਹੈ ਟੀਵੀ 'ਤੇ, ਅਤੇ ਦੱਸੋ ਥੋੜ੍ਹਾ ਜਿਹਾ ਸੈਂਟਾ ਰੋਜ਼ਾ ਬਾਰੇ ਕੀ ਚੀਜ਼ ਯੂਨੀਕ ਹੈਗੀ ਜੋ ਤੁਸੀਂ ਕਹਿਣਾ ਚਾਹੋਗੇ? ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਦੇਖਣ ਵਾਲਿਆਂ ਨੂੰ. ਸੈਂਟਾ ਰੋਜ਼ਾ ਸਭ ਤੋਂ ਯੂਨੀਕਤਾ ਇਹਦਾ ਨਾਮ ਹੈ ਜੀ. ਸਭ ਤੋਂ ਪਹਿਲਾਂ ਜਿਵੇਂ ਆਪਾਂ ਪੰਜਾਬੀ ਜਾਂ ਹਿੰਦੀ ਸੰਧੀ ਵਿਸ਼ੇਸ ਕਰਦੇ ਸੀ, ਜੇ ਆਪਾਂ ਇੰਗਲਿਸ਼ 'ਚ ਕਰੀਏ ਤਾਂ ਸੰਟਾਂ ਦਾ ਰੋਜ਼ਾ. ਅਤੇ ਜਿੱਥੇ ਮੈਂ ਆਇਆ ਸੀ ਮੇਰੇ ਭਾਈ ਸਾਹਿਬ ਬੈਠੇ ਨੇ ਨਾਲ, ਸ਼੍ਰੀ ਕੁਲਵਿੰਦਰ ਸਿੰਘ ਜੀ, ਅਤੇ ਉਹਨਾਂ ਤੋਂ ਕੁਸ਼ਚਨ ਪੁੱਛਿਆ ਸੀਗਾ ਵੀ ਦੁਨੀਆ ਦੀ ਸਭ ਤੋਂ ਵਧੀਆ ਜਗ੍ਹਾ ਕਿਹੜੀ ਹੈ, ਅਤੇ ਉਹਨਾਂ ਨੇ ਕਿਹਾ ਸੀ ਸੈਂਟਾ ਰੋਜ਼ਾ. ਅੱਛਾ ਜੀ. ਸ਼ਾਇਦ ਉਸ ਟਾਈਮ ਮੈਂ ਬਿਲੀਵ ਨਹੀਂ ਕੀਤਾ ਸੀ, ਪਰ ਅੱਜ ਮੈਂ ਦਾਅਵੇ ਨਾਲ ਕਹਿ ਸਕਦਾ ਬਈ ਇਹ ਦੁਨੀਆ ਦੀ ਸਭ ਤੋਂ ਜ਼ਿਆਦਾ ਖੂਬਸੂਰਤ ਜਗ੍ਹਾ. ਕਿੰਨੇ ਸਾਲਾਂ ਤੋਂ ਰਹਿ ਰਹੇ ਹੋ ਇੱਥੇ? ਅਸੀਂ ਜੀ ਇੱਥੇ 2002 ਦੇ ਅਕਤੂਬਰ ਮੰਥ 'ਚ ਆਏ ਸੀ. ਜੀ ਜੀ ਜੀ. ਅਤੇ ਸਾਡੇ ਗੁਰਦੁਆਰਾ ਸਾਹਿਬ ਸੈਪਟੰਬਰ ਦੇ ਲਾਸਟ ਵੀਕ ਸ਼ੁਰੂ ਹੋਏ ਸੀਗੇ. ਜੀ. ਅਤੇ ਅਸੀਂ ਨਾਲ ਨਾਲ ਤੁਰਦੇ ਪਏ ਗੁਰੂ ਘਰ ਦੇ. ਜੀ 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 ਜੀ. ਅਤੇ ਬਾਕੀ
ਸਾਰੇ ਦੱਸ ਹੀ ਚੁੱਕੇ ਆ ਵੀ ਇੱਥੇ ਸਾਡੀ ਛੋਟੀ ਜਿਹੀ ਕਮਿਊਨਿਟੀ ਹੈ, ਸਾਰੇ ਅਸੀਂ ਬੜੇ ਪਿਆਰ ਨਾਲ ਰਹਿੰਦੇ ਹਾਂ ਜੀ ਜੀ ਜੀ, ਸਾਰੇ ਇੱਕ ਦੂਜੇ ਦੀ ਕੇਅਰ ਕਰਦੇ ਆ ਜੀ ਤੇ ਸਪੋਰਟ ਕਰਦੇ ਆ ਜੀ। ਤੇ ਸੁੱਖੀ ਜੀ, ਜਦੋਂ ਗੱਲ ਆਉਂਦੀ ਹੈ ਸਪੋਰਟ ਦੀ, ਕੀ ਲੈਸਨਸ ਹਨ ਜੋ ਬਾਕੀ ਸਾਨੂੰ ਵੇਖਦੀ ਆਡੀਅੰਸ, ਭਾਵੇਂ ਉਹ ਯੂਨਾਈਟਿਡ ਸਟੇਟਸ ਵਿੱਚ ਹੋਣ, ਕੈਨੇਡਾ, ਯੂਕੇ, ਇੰਡੀਆ, ਉਹ ਕੀ ਸਿੱਖ ਸਕਦੇ ਆ ਸੈਂਟਾ ਰੋਜ਼ਾ ਦੀ ਕਮਿਊਨਿਟੀ ਤੋਂ? ਦੇਖੋ ਅਸ਼ਮਿਤਾ ਜੀ, ਇਹ ਤਾਂ ਇੱਕ ਮਿਸਾਲ ਹੈ ਇਹ ਜਿਹੜੀ ਕਮਿਊਨਿਟੀ ਹੈਗੀ ਹੈ, ਸਪੈਸ਼ਲੀ ਆਪਾਂ ਕਹਿ ਸਕਦੇ ਵੀ ਹਿੰਦੂ ਸਿੱਖ ਏਕਤਾ ਦੀ ਮਿਸਾਲ। ਹੁਣ ਪੰਡਿਤ ਜੀ ਨੇ, ਸੰਦੀਪ ਸ਼ਰਮਾ ਹੈਗੇ ਨੇ, ਸੀਮਾ ਸ਼ਰਮਾ ਜੀ ਹੋਸਟ ਕਰ ਰਹੇ ਹੈਗੇ ਨੇ, 90% ਜਿਹੜੀ ਕਮਿਊਨਿਟੀ ਹੈਗੀ ਸਿੱਖ ਕਮਿਊਨਿਟੀ ਹੈਗੀ ਹੈ, ਪਰ ਜਿਹੜੀ ਇਹਨਾਂ ਦੀ ਕੋਆਰਡੀਨੇਸ਼ਨ ਹੈਗੀ ਆਪਸ ਦੇ ਵਿੱਚ, ਭਾਈਚਾਰਾ ਹੈਗਾ, ਉਹ ਇੱਕ ਮਿਸਾਲ ਦੇ ਤੌਰ 'ਤੇ ਹੈਗੇ। ਜਿਹੜੇ ਪ੍ਰੋਮੀਨੈਂਟ ਬੰਦੇ ਹੈਗੇ ਨੇ ਸਾਰੇ ਇੱਥੇ, ਸਾਰੇ ਬਿਜ਼ੀ ਬੰਦੇ ਹੈਗੇ ਨੇ, ਆਪਣਾ ਕੰਮ ਛੱਡ ਕੇ ਆਏ ਹੈਗੇ ਨੇ, ਇਸ ਕਰਕੇ ਵੀ ਇਹ ਵੀ ਇੱਕ ਆਪਣੇ ਲਈ ਇੱਕ ਬਹੁਤ ਅੱਛਾ ਐਗਜ਼ਾਮਪਲ ਹੈ। ਇਸੇ ਤਰ੍ਹਾਂ ਦੀ ਬਜਾਏ ਕਿ ਤੁਸੀਂ ਛੋਟੀਆਂ ਛੋਟੀਆਂ ਗੱਲਾਂ ਕਰਕੇ, ਕੋਈ ਗੁਰਦੁਆਰਿਆਂ ਦੀਆਂ ਲੜਾਈਆਂ ਕਰਕੇ, ਇੱਥੇ ਕਦੇ ਮੈਂ ਲੜਾਈ ਨਹੀਂ ਸੁਣੀ ਹੈਗੀ ਗੁਰਦੁਆਰੇ ਇੱਥੇ ਕੋਈ ਇਸ ਕਮਿਊਨਿਟੀ ਦੇ ਵਿੱਚ, ਇਸ ਕਰਕੇ ਵੀ ਆਈ ਥਿੰਕ ਦਿਸ ਇਜ਼ ਅ ਵੈਰੀ ਗੁੱਡ ਮੈਸੇਜ ਟੂ ਕਨਵੇ ਥਰੂ ਆਊਟ ਦਾ ਕਮਿਊਨਿਟੀ ਕਿ ਵੀ ਇੱਦਾਂ ਇਹਨਾਂ ਤੋਂ ਇੱਕ ਕੋਈ ਅੱਛਾ ਕੋਈ ਸਬਕ ਲੈਣਾ ਚਾਹੀਦਾ ਹੈਗਾ ਸਾਰਿਆਂ ਨੂੰ, ਤਾਂ ਜੋ ਬਜਾਏ ਕਿ ਜਿਹੜੀ ਆਪਣੀ ਹਰ ਰੋਜ਼ ਦੀ ਕੋਈ ਡੇਲੀ ਦੀ ਲੜਾਈਆਂ ਪੜ੍ਹਾਈਆਂ ਹੈਗੀਆਂ ਨੇ ਗੁਰਦੁਆਰਿਆਂ 'ਚ ਪੈਂਦੀਆਂ ਹੈਗੀਆਂ ਨੇ, ਉਸ ਕਰਕੇ ਵੀ ਇੱਦਾਂ ਦੀ ਕਮਿਊਨਿਟੀ 'ਚ ਰਹੋ ਔਰ ਸਾਰੇ ਰਹੋ। ਮੈਂ ਸਿਰਫ ਇਹ ਨਹੀਂ ਕਰਦਾ ਹੈਗਾ ਵੀ ਮੈਂ ਸਿੱਖਾਂ ਬਾਰੇ ਨਹੀਂ ਕਹਿਣਾ ਜਾਂ ਹਿੰਦੂਆਂ ਬਾਰੇ ਨਹੀਂ, ਕੋਈ ਮੁਸਲਿਮ ਹੈਗਾ, ਕੋਈ ਕ੍ਰਿਸ਼ਚਨ ਹੈਗਾ, ਰਲ ਮਿਲ ਕੇ ਇੱਕ ਆਪਾਂ ਜਿਹੜੀ ਮਿਸਾਲ ਹੈ ਉਹ ਪੇਸ਼ ਕਰੀ ਹੈਗੀ ਹੈ। ਜਿਸ ਤਰ੍ਹਾਂ ਬ੍ਰਦਰ ਆਪਣੇ ਦੋਸਾਂਝ ਸਾਹਿਬ ਨੇ ਪਹਿਲਾਂ ਕਿਹਾ ਹੈਗਾ, ਢਿੱਲੋਂ ਸਾਹਿਬ ਨੇ ਕਿਹਾ ਹੈਗਾ ਵੀ ਇਹ ਕਬੱਡੀ ਦੇ ਉੱਤੇ ਕਿੰਨਾ ਉਹ ਕਰ ਰਹੇ ਹੈਗੇ ਨੇ, ਇਸ ਕਰਕੇ ਵੀ ਆਪਣੇ ਪਿਛਲੇ ਬੱਚੇ ਹੈਗੇ ਨੇ ਜਿਹੜੇ ਉਹਨਾਂ ਨੂੰ ਸਪੋਰਟਸ ਦੇ ਵਿੱਚ ਲੈ ਕੇ ਆਈਏ ਤਾਂ ਜੋ ਨਸ਼ਿਆਂ ਤੋਂ ਬਚੇ ਰਹਿਣ, ਅਤੇ ਇੱਦਾਂ ਦਾ ਕੋਈ ਚੰਗਾ ਕੰਮ ਕਰਾਂਗੇ, ਐਗਜ਼ਾਮਪਲ ਆਪਾਂ ਸੈਟਅਪ ਕਰਾਂਗੇ, ਲੋਕ ਕਰ ਰਹੇ ਹੈਗੇ ਨੇ, ਆਮ ਪ੍ਰਾਊਡ ਆਫ ਚੀਜ਼। ਜੀ ਜੀ ਜੀ, ਸੀਮਾ ਜੀ, ਸਮਾਂ ਸਾਡੇ ਕੋਲ ਜ਼ਿਆਦਾ ਨਹੀਂ ਰਹਿ ਗਿਆ, ਤੁਸੀਂ ਸਾਡੇ ਇੰਨੇ ਗ੍ਰੇਸ਼ੀਅਸ ਹੋਸਟ ਹੈਗੇ ਅੱਜ। ਕਲੋਜ਼ਿੰਗ ਵਿੱਚ ਤੁਸੀਂ ਥੋੜ੍ਹਾ ਜਿਹਾ ਸਾਡੀ ਆਡੀਅੰਸ ਨੂੰ ਦੱਸੋ, ਤੁਹਾਡੀ ਫੈਮਿਲੀ ਯੂਬਾ ਸਿਟੀ 100 ਤੋਂ ਵੱਧ ਸਾਲ ਪਹਿਲੇ ਆ ਕੇ ਵੱਸ ਗਈ ਸੀ, ਤੁਹਾਡੀ ਪਰਿਵਾਰ ਵਿੱਚ ਕਿਸ ਤਰ੍ਹਾਂ ਤੁਸੀਂ ਪੰਜਾਬੀ ਅਤੇ ਪੰਜਾਬੀ ਵਿਰਸੇ ਨੂੰ ਅੱਜ ਵੀ ਆਪਣੇ ਬੱਚਿਆਂ ਦੇ ਨਾਲ ਕਿਸ ਤਰ੍ਹਾਂ ਉਹਨੂੰ ਨੈਕਸਟ ਲੈਵਲ 'ਤੇ ਲੈ ਕੇ ਜਾ ਰਹੇ ਹੋ? ਸੋ ਸਾਡੇ ਘਰਾਂ 'ਚ ਜਨਰਲੀ, ਜਿੱਦਾਂ ਮੈਂ ਕਿਹਾ, ਮਾਈ ਡੈਡ ਵਾਜ਼ 9 ਬ੍ਰਦਰਸ ਐਂਡ ਸਿਸਟਰ, ਸਾਡੇ ਘਰ 'ਚ ਤੁਸੀਂ ਕਦੀ ਇੰਗਲਿਸ਼ ਬੋਲ ਨਹੀਂ ਸਕਦੇ ਸੀ। ਅੱਛਾ ਜੀ। ਸੋ ਜੇ ਤੁਸੀਂ ਦਰਵਾਜ਼ੇ 'ਚ ਆਉਣਾ ਆ, ਇੰਟਰਸਟਿੰਗਲੀ ਅਸੀਂ ਜਦ ਸਕੂਲ ਗਏ ਹਾਂ, ਕਿੰਡਰਗਾਰਡਨ ਗਏ ਹਾਂ, ਸਾਨੂੰ ਇੰਗਲਿਸ਼ ਬੋਲਣੀ ਨਹੀਂ ਆਉਂਦੀ ਹੁੰਦੀ ਸੀ। ਅੱਛਾ ਜੀ। ਕਿਉਂਕਿ ਸਾਡੇ ਘਰ 'ਚ ਅਲਾਊਡ ਨਹੀਂ ਹੁੰਦਾ ਸੀ, ਅਸੀਂ ਹਾਲੇ ਵੀ ਆਪਣੇ ਬ੍ਰਦਰਸ ਸਿਸਟਰਸ ਆਪਣੇ ਮੰਮੀ ਨਾਲ ਗੱਲ ਕਰੀਦੀ ਆ ਤਾਂ ਮੋਸਟਲੀ ਪੰਜਾਬੀ 'ਚ ਹੀ ਕਰੀਦੀ ਆ। ਅਸੀਂ ਦੈਟਸ ਇਹੀ, ਮੇਰੀ ਬੇਟੀ ਵੀ ਬੋਲ ਲੈਂਦੀ ਆ ਐਕਚੁਲੀ, ਯੂ ਨੋ, ਉਹ 4th-5th ਜਨਰੇਸ਼ਨ ਹੋ ਗਈ ਹੈ ਇੱਥੇ, ਪਰ ਉਹ ਫਿਰ ਵੀ ਪੰਜਾਬੀ ਡਾਂਸ, ਗਿੱਧਾ, ਕਥਕ ਸਾਰਾ ਕੁਝ ਸਿੱਖ ਰਹੀ ਆ। ਸੋ ਆਈ ਥਿੰਕ, ਯੂ ਨੋ, ਕਾਫੀ ਹੱਦ ਤੱਕ ਸਾਡੇ ਹੁੰਦੀ ਹੈ ਗੱਲ ਵੀ ਅਸੀਂ ਜੇ ਉਹਨਾਂ ਨੂੰ ਗਾਂ ਇਨਕਰੇਜ ਕਰਦੇ ਹਾਂ ਵੀ ਉਹ ਸਾਡੀ ਵਿਰਸੇ ਨਾਲ ਜੁੜਨ ਜਾਂ ਕੁਛ ਸਿੱਖਣ। ਐਂਡ ਯੂ ਨੋ, ਜਿੱਦਾਂ ਮੇਰੇ ਹਸਬੈਂਡ ਨੇ ਅੰਮ੍ਰਿਤਸਰ ਤੋਂ ਆ, ਤਾਂ ਇਹ ਯੂ ਨੋ ਵੀ ਟਰਾਈ ਵੀ ਇਹਨਾਂ ਨੂੰ ਅਸੀਂ ਹਰ ਸਾਲ ਆਲਮੋਸਟ ਇੰਡੀਆ ਲੈ ਕੇ ਜਾਈਦਾ, ਸਾਡੀ ਫੈਮਿਲੀ ਵੀ ਉੱਥੇ ਕਾਫੀ ਯੂ ਨੋ ਇਨਵੋਲਵ ਨੇ ਸਾਡੇ ਬੱਚਿਆਂ ਦੇ। ਆਈ ਥਿੰਕ ਇਟਸ ਆਲ ਵੀ ਉਹ ਇੱਕ ਦੂਜੇ ਦੇ ਕਲੋਸ ਰਹਿਣ, ਕਲਚਰ ਦੇ ਰਹਿਣ, ਕਮਿਊਨਿਟੀ ਦੇ ਨਾਲ ਰਹਿਣ, ਬੋਲੀ ਦੇ ਨਾਲ ਰਹਿਣ, ਤਾਂ ਹੀ ਹੁੰਦਾ ਆ। ਇਹ ਗੱਲ ਤਾਂ ਤੁਹਾਡੇ ਸਾਰਿਆਂ ਤੋਂ ਅੱਜ ਸਿੱਖਣ ਨੂੰ ਮਿਲਦੀ ਹੈ। ਯੂ ਗਾਇਜ਼ ਆਰ ਲਿਵਿੰਗ ਪਰੂਫ ਦੈਟ ਅਗਰ ਕੋਸ਼ਿਸ਼ ਅਤੇ ਪੂਰੀ ਕਮਿਊਨਿਟੀ ਦੇ ਐਫਰਟਸ ਹੋਣ, ਦੈਟ ਪੰਜਾਬੀਅਤ ਹਮੇਸ਼ਾ ਤੁਸੀਂ ਜ਼ਿੰਦਾ ਰੱਖ ਸਕਦੇ ਹੋ। ਹਾਂਜੀ, ਦੱਸੋ ਸੁਖੀ ਜੀ। ਇੱਕ ਜਿਹੜੀ ਦੂਜੀ ਮਿਸਾਲ ਹੈ ਵੀ ਦੇਖੋ ਤੁਸੀਂ, ਆਪਾਂ ਕੋਈ ਵੀ ਆਪਾਂ ਕੋਈ ਇਵੈਂਟ ਹੁੰਦਾ ਨਾ, ਮੋਸਟਲੀ ਜਿਹੜੀ ਇਸ ਮੇਲ ਡੋਮੀਨੇਟਡ ਹੁੰਦਾ ਆਪਣਾ ਪੰਜਾਬੀਆਂ ਦਾ, ਉੱਥੇ ਬੰਦੇ ਸਾਰੇ ਪਹੁੰਚ ਜਾਂਦੇ ਹੈਗੇ ਨੇ, ਆਪਾਂ ਪਰਿਵਾਰਾਂ ਨੂੰ ਜਾਂ ਬੱਚਿਆਂ ਨੂੰ ਨਹੀਂ ਲੈ ਕੇ ਜਾਂਦੇ ਹੈਗੇ। ਤੁਸੀਂ ਦੇਖੋ ਕਿੰਨੀ ਸੋਹਣੀ ਮਿਸਾਲ ਹੈਗੀ ਹੈ, ਜਿਹੜੇ ਵੀ ਸਾਰੇ ਪਰਿਵਾਰ ਹੈਗੇ ਨੇ, ਲੇਡੀਜ਼ ਆਏ ਹੈਗੇ ਨੇ, ਔਰ ਲੇਡੀਜ਼ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਹੈਗਾ, ਪਰ ਹੁਣ ਕਈ ਵਾਰੀ ਉਹ ਨਹੀਂ ਸ਼ਰਮਾਉਂਦੇ ਹੈਗੇ ਨੇ, ਨਹੀਂ ਆਏ ਹੈਗੇ ਉਹ, ਪਰ ਫਿਰ ਵੀ ਇੱਕ ਆਈ ਥਿੰਕ ਦਿਸ ਇਜ਼ ਅ ਵੈਰੀ ਗੁੱਡ ਐਗਜ਼ਾਮਪਲ ਇਹ ਵੀਮਨ ਇੰਪਾਵਰਮੈਂਟ ਦਾ ਹੈਗਾ ਵੀ। ਦੇਖੋ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਫਿਲੋਸਫੀ ਹੈਗੀ ਹੈ, ਉਹਨੂੰ ਜੇਕਰ ਕੋਈ ਲਾਗੂ ਕਰ ਰਿਹਾ ਹੈਗਾ ਤਾਂ ਆਪਾਂ ਦੇਖਦੇ ਹੈਗੇ ਹਾਂ ਇਹ ਸੈਂਟਾ ਰੋਜ਼ਾ ਦੀ ਕਮਿਊਨਿਟੀ ਦੇ ਵਿੱਚ ਲਾਗੂ ਹੋ ਰਹੀ ਹੈ। ਜ਼ਰੂਰ ਇੱਕ ਆਪਣੀ ਹੋਰ ਫਰੈਂਡ ਮਨਦੀਪ, ਤੁਸੀਂ ਫੜੀ। ਹਾਂਜੀ ਹਾਂਜੀ, study of course another woman empowered you to khad ke gal rakh sakde ho apni, please stand up. No, I don't think so. Se toda swagat hai program vich, you have not a lot of time but sanu dasso ke tusi is community bare ki cheez special feel karde ho aur tusi program vich maujood hage, share karo apne vichar. ਜਿਸ ਤਰ੍ਹਾਂ ਸਾਰੇ ਪਹਿਲਾਂ ਮੀਨੋ ਜੋ ਵੀ ਮੇਰੇ ਤੋਂ ਸਾਰੇ ਉਹਨਾਂ ਨੇ ਬੋਲਿਆ ਹੈ ਕਿ ਅਸੀਂ ਸਾਰੇ ਮਿਲ ਜੁਲ ਕੇ ਰਹਿੰਦੇ ਹਾਂ, ਯੂਨੋ ਇੱਥੇ ਸਾਡੀ ਕਮਿਊਨਿਟੀ 'ਚ ਛੋਟੀ ਜਿਹੀ ਕਮਿਊਨਿਟੀ, ਯੂਨੋ ਐਜ਼ ਕੰਪੇਅਰ ਟੂ, ਤੁਸੀਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਯੂਨੋ ਬੇ ਏਰੀਆ ਕੰਪੇਅਰ ਟੂ ਲਾਈਕ ਫ੍ਰੀ ਮਾਉਂਟ, ਯੂਨੋ ਆਲ ਦੈਟ, ਯੂਨੋ, ਤਾਂ ਉਹਦੀ ਕੰਪੇਅਰ ਸਾਡੀ ਕਮਿਊਨਿਟੀ ਹੈ ਤਾਂ ਬਹੁਤ ਛੋਟੀ ਆ, ਪਰ ਮੈਨੂੰ ਲੱਗ ਰਿਹਾ ਕਿ ਇੰਨੀ ਛੋਟੀ ਜਿਹੀ ਕਮਿਊਨਿਟੀ 'ਚ ਸਾਡੇ ਯੂਨੋ ਇਟਸ ਲਾਈਕ ਅ ਮਿਕਸਚਰ ਆਫ ਗਰੁੱਪ, ਵੀ ਹੈਵ ਲਾਈਕ ਆਲ ਦੈਟ ਯੂਨੋ ਡਾਕਟਰਸ, ਯੂਨੋ ਨਰਸਿਸ, ਇੰਜੀਨੀਅਰ ਐਂਡ ਮੋਸਟਲੀ ਬਿਜ਼ਨਸਮੈਨ, ਯੂਨੋ, ਯਾ, ਸੋ ਦੈਟ ਵੇ ਆਈ ਕੈਨ ਸੇ ਕਿ ਯੂਨੋ ਜਦੋਂ ਮੈਂ ਸਟਾਰਟਿੰਗ ਤੋਂ ਦੱਸਦੀ ਹਾਂ ਕਿ ਆਈ ਯੂਸ ਟੂ ਲਿਵ ਇਨ ਬੇ ਏਰੀਆ, ਅਤੇ ਉੱਥੇ ਮਤਲਬ ਕਿ
ਇਟਸ ਲਾਈਕ ਟੂ ਮੱਚ ਕਰਾਊਡਡ ਯੂ ਨੋ ਆਲ ਦੈਟ ਬਟ ਜਦੋਂ ਤੁਸੀਂ ਇਸ ਸਾਈਡ 'ਤੇ ਆਉਂਦੇ ਹੋ ਤਾਂ ਇਟਸ ਲਾਈਕ ਰੈਲ ਈਵਨ ਕਿ ਕੰਮ ਕਰਦੇ ਆਈ ਐਮ ਵਰਕਿੰਗ ਇਨ ਸੈਂਟਰ ਆਫ ਮੈਮੋਰੀਅਲ ਹੋਸਪਿਟਲ ਫਰੋਮ ਲਾਸਟ 15 ਈਅਰਸ ਯੂ ਨੋ ਐਜ਼ ਅ ਬੀ ਐਸ ਐਨ ਨਰਸ ਸੋ ਲਾਈਕ ਇੱਥੇ ਮਤਲਬ ਕਿ ਤੁਹਾਨੂੰ ਥੋੜ੍ਹਾ ਜਿਹਾ ਪੀਸਫੁਲ ਇਨਵਾਇਰਮੈਂਟ ਮਿਲਦਾ ਹੈ ਯੂ ਨੋ ਕਮਿਊਨਿਟੀ ਜਿਹੜੀ ਬਾਕੀ ਵੀ ਸਾਡੇ ਵੈਸਟਰਨ ਜਾਂ ਦੂਸਰੇ ਹੋਰ ਹੈਗੇ ਕਾਫੀ ਕੋਪਰੇਟ ਕਰਦੇ ਆ ਅਤੇ ਸਾਡੀ ਕਮਿਊਨਿਟੀ ਵੀ ਕਾਫੀ ਕੋਪਰੇਟ ਕਰ ਰਹੀ ਹੈ ਮੈਂ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਅਸੀਂ ਆਪਣੀ ਸਿੱਖ ਧਰਮ ਦੀ ਪਹਿਚਾਣ ਬਣਾਉਣ ਲਈ ਸਾਡੀ ਇਹ ਛੋਟੀ ਜਿਹੀ ਕਮਿਊਨਿਟੀ ਹਰ ਜਦੋਂ ਵੀ ਕੋਈ ਜਿੱਦਾਂ ਫਾਇਰ ਦਾ ਜਾਂ ਹੋਰ ਵੀ ਕਿੱਦਾਂ ਸਾਡੇ ਮਤਲਬ ਕਿ ਵੈਟਨ ਹਾਲ 'ਚ ਹਮੇਸ਼ਾ ਉਹਨਾਂ 'ਤੇ ਲੰਗਰ ਕਰਦੇ ਆ ਉਹਨਾਂ ਨੂੰ ਇੰਡੀਅਨ ਫੂਡ ਯੂ ਨੋ ਕਰਦੇ ਆ ਤਾਂ ਕਿ ਅਸੀਂ ਆਪਣੀ ਸਿੱਖ ਕਮਿਊਨਿਟੀ ਦੀ ਪਹਿਚਾਣ ਬਣਾ ਸਕੀਏ Thank you so much, Dr. Charlie. Thank you. Once again, Sukhi ji, thank you. Toda tusi is program nu arrange kita sade naal is parivar nu introduction ditti te toda sab to vadda thank you tusi apna pura you've opened your home to us and sari community naal sanu introduction ditti te sirf sanu nahi but jo sanu vekh rahi audience worldwide hai gi unna nu dassya ke Santa Rosa ki cheez hai gi te kyon tusi inne khush itthe vasde ho ede naal hi sada program aj samapt hunda hai tusi sade naal hamesha judde ho thank you for that main ek ਗੁੱਡ ਨਿਊਜ਼ ਸ਼ੇਅਰ ਕਰਨਾ ਚਾਹਾਂਗੀ ਸਾਡੀ ਸਾਰੀ ਆਡੀਅੰਸ ਨਾਲ ਸਾਡੀ ਟੀਮ ਨੂੰ ਜੁਆਇਨ ਕਰਕੇ ਇੱਕ ਹੋਰ ਵੀ ਵਧੀਆ ਤੁਹਾਡੇ ਨਾਲ ਲੈਵਲ ਪੰਜਾਬ ਪੋਲੀਟਿਕਸ ਅਤੇ ਪੰਜਾਬ ਦੀ ਡਿਸਕਸ਼ਨ 'ਤੇ ਆਪਾਂ ਅਨਾਊਂਸ ਕਰਨਾ ਚਾਹੁੰਦੇ ਹਾਂ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਉਹ ਸਾਨੂੰ ਹੁਣ ਜੁਆਇਨ ਕਰ ਗਏ ਹੈ ਅਤੇ ਅੱਜ ਦੇ ਮੁੱਦੇ 'ਤੇ ਤੁਹਾਡੇ ਨਾਲ ਉਹ ਆਪਣੇ ਵਿਚਾਰ ਸਾਂਝੇ ਕਰਨਗੇ ਸਟਾਰਟਿੰਗ ਫਰੋਮ ਮੰਡੇ ਐਂਡ ਫ੍ਰੈਜ਼ਨੋ ਤੋਂ ਲਾਈਵ ਹੋਏਗਾ ਮੁੱਦਾ ਸੋ ਤੁਸੀਂ ਦੇਖਦੇ ਰਹੋ ਮਿਲਦੇ ਹਾਂ ਵੀਕਐਂਡ ਤੋਂ ਬਾਅਦ ਸਤਿ ਸ਼੍ਰੀ ਅਕਾਲ ਥੈਂਕ ਯੂ Very good.